ਦੋਸਤੋ ਸਤਿ ਸ਼੍ਰੀ ਅਕਾਲ, ਮੈਂ ਸਤਵਿੰਦਰ ਸਿੰਘ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਰੂਬਰੂ। ਰੂਬਰੂ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਉਹਨਾਂ ਖਾਸ ਸ਼ਖਸੀਅਤਾਂ ਨਾਲ ਜਿਨ੍ਹਾਂ ਨੇ ਆਪਣੀ ਸਰਵਿਸਿਜ ਕਰਕੇ, ਆਪਣੀਆਂ ਸੇਵਾਵਾਂ ਕਰਕੇ ਆਪਣੇ ਸਮਾਜ ਦੇ ਵਿੱਚ ਜਿਹੜਾ ਹੈ ਨਾਂ ਬਣਾਇਆ ਹੁੰਦਾ, ਆਪਣੀ ਕਮਿਊਨਿਟੀ 'ਚ ਆਪਣਾ ਨਾਂ ਬਣਾਇਆ ਹੁੰਦਾ। ਜੇ ਆਪਾਂ ਕੈਲਗਰੀ ਦੇ ਵਿੱਚ ਗੱਲ ਕਰੀਏ ਪੰਜਾਬੀ ਪੱਤਰਕਾਰੀ ਦੀ, ਔਰ ਇਸ ਪੱਤਰਕਾਰੀ ਦੇ ਖੇਤਰ ਦੇ ਵਿੱਚ ਜਿਹੜਾ ਸਿਰਮੌਰ ਹਸਤੀ ਹੈ ਅੱਜ ਕੈਲਗਰੀ ਦੇ ਵਿੱਚ, ਉਹ ਰਿਸ਼ੀ ਨਾਗਰ ਨੇ ਜਿਹੜੇ ਕਿ ਤੁਹਾਡੇ ਸਨਮੁੱਖ ਅੱਜ ਉਹਨਾਂ ਨੂੰ ਜਿਹੜਾ ਕਰਵਾ ਰਹੇ ਹੈ। ਅਤੇ ਰਿਸ਼ੀ ਨਾਗਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਸਤਵਿੰਦਰ ਜੀ, ਮੈਨੂੰ ਤੁਸੀਂ ਮੌਕਾ ਦਿੱਤਾ ਔਰ ਆਪਣੇ ਦਰਸ਼ਕਾਂ ਦੇ ਰੂਬਰੂ ਕੀਤਾ, ਥੈਂਕ ਯੂ। ਅਤੇ ਰਿਸ਼ੀ ਨਾਗਰ ਉਹਨਾਂ ਨੂੰ ਤੁਸੀਂ ਰੋਜ਼ ਰੈਡ ਐਫ ਦੇ ਉੱਤੇ ਜਿਹੜਾ ਹੈ ਸੁਣਦੇ ਹੋ, ਸਵੇਰੇ ਸਵੇਰੇ ਇਹਨਾਂ ਦੀਆਂ ਤੁਹਾਨੂੰ ਆ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ, ਤੁਹਾਨੂੰ ਦੁਨੀਆਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਦਿੰਦੇ ਨੇ, ਇਤਿਹਾਸ ਦੇ ਬਾਰੇ ਜਾਣਕਾਰੀ ਦਿੰਦੇ ਨੇ, ਹੋਰ ਬਹੁਤ ਸਾਰੇ ਮਸਲਿਆਂ 'ਤੇ ਜਿਹੜੀ ਹੈ ਤੁਸੀਂ ਇਹਨਾਂ ਦੀ ਆਵਾਜ਼ ਸੁਣਦੇ ਹੋ। ਔਰ ਇਹ ਕਹਿਣਾ ਇੱਥੇ ਬਣਦਾ ਕਿ ਬੜੀ ਬੁਲੰਦ ਆਵਾਜ਼ ਦੇ ਵਿੱਚ, ਮੈਂ ਵੇਖਿਆ ਕਿ ਬੜੀ ਠੋਕ ਵਜਾ ਕੇ ਜਿਹੜੀ ਵੀ ਗੱਲ ਇਹਨਾਂ ਦੇ ਸਾਹਮਣੇ ਆਉਂਦੀ ਹੈ ਉਹਨੂੰ ਕੋਈ ਵੀ ਲਿਪਾ ਪੋਚੀ ਨਹੀਂ ਲੈਂਦੇ, ਸਿੱਧੇ ਰੂਪ ਦੇ ਵਿੱਚ ਜਿਹੜੀ ਹੈ ਦਰਸ਼ਕ ਆਪਣੇ ਸਰੋਤਿਆਂ ਦੇ ਜਿਹੜੀ ਹੈ ਸਾਹਮਣੇ ਰੱਖਦੇ ਨੇ। ਅੱਜ ਜਿਹੜਾ ਹੈ ਤੁਸੀਂ ਉਹਨਾਂ ਦੀ ਰੂਬਰੂ ਹੋ ਰਹੇ ਹੋ, ਫੇਸ ਟੂ ਫੇਸ ਹੋ ਰਹੇ ਨੇ। ਜਿਹੜੀ ਲੋਕ ਆਮ ਫੰਕਸ਼ਨਸ ਦੇ ਵਿੱਚ ਜਾਂਦੇ ਨੇ ਉਹ ਤਾਂ ਇਹਨਾਂ ਦਾ ਚਿਹਰਾ ਜ਼ਰੂਰ ਪਹਿਚਾਣਦੇ ਨੇ, ਪਰ ਜ਼ਿਆਦਾ ਕਰਕੇ ਤੁਹਾਡੀ ਆਵਾਜ਼ ਤੋਂ ਜਿਹੜੇ ਸਰੋਤੇ ਜਿਹੜੇ ਨੇ ਉਹ ਵਾਕਫ ਨੇ। ਅੱਜ ਜਿਹੜੀ ਤੁਹਾਡੀ ਉਹਨਾਂ ਨੇ ਚਿਹਰਾ ਵੀ ਜਿਹੜਾ ਵੇਖ ਲਿਆ ਜੀ, ਬਹੁਤ ਮਿਹਰਬਾਨੀ। ਰਿਸ਼ੀ ਨਗਰ ਜੀ, ਤੁਹਾਨੂੰ ਤੁਹਾਡੀ ਆਵਾਜ਼ ਸੁਣੀ ਹੈ ਲੋਕਾਂ ਨੇ, ਅਤੇ ਪਰ ਇਹ ਵੀ ਜਾਣਨਾ ਚਾਹਣਗੇ ਕਿ ਤੁਸੀਂ ਆਪਣੇ ਥੋੜ੍ਹਾ ਪਿਛੋਕੜ ਬਾਰੇ ਦੱਸੋ ਵੀ ਪੰਜਾਬ ਦੇ ਵਿੱਚ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਆਪਣੇ ਥੋੜ੍ਹਾ ਜਿਹਾ ਬਚਪਨ ਵਾਲੇ ਪਰਿਵਾਰ ਬਾਰੇ। ਜੀ, ਮੇਰਾ ਜਨਮ ਪਿੰਡ ਸ਼ੰਕਰ ਹੈ ਜੀ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ 'ਚ ਹੋਇਆ। ਠੀਕ ਹੈ। ਅਤੇ ਪਿੰਡ ਦੇ ਹੀ ਸਕੂਲ ਤੋਂ ਮੈਂ 10ਵੀਂ ਕੀਤੀ, ਅਤੇ ਬਿਲਕੁਲ 5 ਕਿਲੋਮੀਟਰ ਦੇ ਨਕੋਦਰ ਸ਼ਹਿਰ ਹੈ ਜੀ, ਉੱਥੇ ਡੀ ਏ ਵੀ ਕਾਲਜ ਹੈ, ਉੱਥੋਂ ਮੈਂ ਗ੍ਰੈਜੂਏਸ਼ਨ ਕੀਤੀ ਹੈ। ਠੀਕ ਹੈ। ਆਰਟਸ ਵਿੱਚ ਹੀ ਗ੍ਰੈਜੂਏਸ਼ਨ ਕੀਤੀ, ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਸ਼ੁਰੂ ਕੀਤੀ ਐੱਮ ਏ ਇੰਗਲਿਸ਼ ਦਾ, ਪਹਿਲਾ ਸੈਸ਼ਨ ਜਿਹੜਾ ਸੀ ਉੱਥੇ ਕੀਤਾ, ਪਰ ਕੰਪਲੀਟ ਕੀਤੀ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੁਆਬਾ ਕਾਲਜ ਤੋਂ। ਠੀਕ ਹੈ। ਤੋਂ ਜਲੰਧਰ ਦੁਆਬਾ ਕਾਲਜ ਤੋਂ ਮੈਂ ਐੱਮ ਏ ਇੰਗਲਿਸ਼ ਕੰਪਲੀਟ ਕੀਤੀ। ਠੀਕ ਹੈ। ਫਿਰ ਗੌਰਮੈਂਟ ਕਾਲਜ ਆਫ ਐਜੂਕੇਸ਼ਨ ਜਲੰਧਰ ਤੋਂ ਬੀ ਐੱਡ ਕੀਤੀ ਜੀ। ਇਸ ਤੋਂ ਬਾਅਦ ਛੇਤੀ ਮੈਨੂੰ ਪੜ੍ਹਾਉਣ ਦਾ ਮੌਕਾ ਮਿਲ ਗਿਆ, ਅਤੇ ਆਰੀਆ ਕਾਲਜ ਫਾਰ ਵਿਮੈਨ ਨੂਰਮਹਿਲ ਮੈਂ ਬਤੌਰ ਅੰਗਰੇਜ਼ੀ ਦੇ ਅਧਿਆਪਕ ਵਜੋਂ ਕੰਮ ਸ਼ੁਰੂ ਕੀਤਾ ਜੀ। ਠੀਕ ਹੈ। ਅਤੇ ਪੱਤਰਕਾਰੀ ਖੇਤਰ ਵਿੱਚ ਤੁਹਾਡਾ ਕਿਸ ਤਰ੍ਹਾਂ ਸੁਭਾਅ ਬਣਿਆ ਹੁੰਦਾ? ਜੀ, ਜਦੋਂ 1992 'ਚ ਮੈਂ ਆਰੀਆ ਕਾਲਜ ਗਿਆ, ਅਤੇ ਉੱਥੇ ਕਾਫੀ ਟਾਈਮ ਮਿਲਦਾ ਸੀ ਪੜ੍ਹਨ ਨੂੰ, ਇਨ ਬਿਟਵੀਨ ਕਲਾਸਿਸ ਦੇ ਵਿਚਕਾਰ ਸਮਾਂ ਖਾਲੀ ਹੁੰਦਾ ਸੀ ਅਤੇ ਅਖਬਾਰਾਂ ਪੜ੍ਹਨੀਆਂ। ਉੱਥੋਂ ਫਿਰ ਸ਼ੁਰੂ ਹੋਈ ਚੇਟਕ, ਅਸਲ 'ਚ ਮੈਂ ਇੰਡੀਅਨ ਐਕਸਪ੍ਰੈਸ ਦਾ ਬਹੁਤਾ ਜ਼ਿਆਦਾ ਪਾਠਕ ਸੀ, ਅਤੇ ਉਹਨਾਂ ਨੂੰ ਮੈਂ ਛੋਟੀਆਂ ਛੋਟੀਆਂ ਪਹਿਲਾਂ ਲੈਟਰ ਟੂ ਐਡੀਟਰ ਲਿਖਣੇ ਸ਼ੁਰੂ ਕੀਤੇ। ਠੀਕ ਹੈ। ਉਹਨਾਂ ਨੂੰ ਮੈਂ ਲਿਖ ਕੇ ਭੇਜਦਾ ਸੀ ਵੀ ਆਹ ਆਰਟੀਕਲ 'ਚ ਆਹ ਗਲਤੀ ਆ, ਜਾਂ ਆਹ ਠੀਕ ਹੋਣਾ ਚਾਹੀਦਾ, ਜਾਂ ਆਹ ਵੀ ਲਿਖਿਆ ਜਾਣਾ ਚਾਹੀਦਾ ਸੀ, ਇਹਦੇ ਬਾਰੇ ਲਿਖੋ, ਉਹ ਛਪਣੇ ਸ਼ੁਰੂ ਹੋ ਗਏ। ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਆਪ ਮੇਰੇ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ, ਔਰ ਐਜੂਕੇਸ਼ਨਲ ਪੁਆਇੰਟ ਆਫ ਵਿਊ ਨਾਲ ਕੁਝ ਇੱਕ ਸਵਾਲ ਉਹਨਾਂ ਨੇ ਖੜੇ ਕੀਤੇ ਜਿਨ੍ਹਾਂ 'ਤੇ ਮੇਰੇ ਕੋਲ ਉਹਨਾਂ ਨੇ ਲਿਖਵਾਇਆ। ਸੋ ਅੰਗਰੇਜ਼ੀ ਦੀ ਪੱਤਰਕਾਰਤਾ ਤੋਂ ਮੇਰਾ ਸਫ਼ਰ ਸ਼ੁਰੂ ਹੋਇਆ ਪੱਤਰਕਾਰੀ ਦਾ। ਜੀ ਬਿਲਕੁਲ। ਉਹ ਪੱਤਰਕਾਰੀ ਵੀ ਮੈਂ ਨਹੀਂ ਕਹਾਂਗਾ, ਕਿਉਂਕਿ ਮੈਂ ਕਿਸੇ ਖਾਸ ਵਿਸ਼ੇ 'ਤੇ ਇੱਕ ਆਰਟੀਕਲ ਲਿਖ ਕੇ ਭੇਜ ਦਿੰਦਾ ਸੀ, ਉਹ ਛਪ ਜਾਂਦਾ ਸੀ, ਉਹਦੇ ਮੈਨੂੰ ਪੈਸੇ ਮਿਲ ਜਾਂਦੇ ਸੀ। ਹੌਲੀ ਹੌਲੀ ਮੈਨੂੰ ਖਬਰਾਂ ਭੇਜਣ ਦੀ ਲੱਗ ਪਈ, ਕਿ ਮੈਂ ਟੈਲੀਫੋਨ 'ਤੇ ਦੱਸਣ ਲੱਗ ਗਿਆ, ਉਹਨਾਂ ਦੇ ਜਲੰਧਰ ਤੋਂ ਰਿਪੋਰਟਰ ਸੀ, ਉਹਨੂੰ ਮੈਂ ਟੈਲੀਫੋਨ 'ਤੇ ਦੱਸਣ ਲੱਗ ਗਿਆ ਵੀ ਇੱਥੇ ਇੱਦਾਂ ਹੋਇਆ, ਇੱਦਾਂ ਹੋਇਆ, ਆਹ ਹੋਇਆ, ਆਹ ਖਬਰ ਕਰ ਲਓ, ਆਹ ਕਰ ਲਓ। ਇਸ ਤਰ੍ਹਾਂ ਉਹਨਾਂ ਨੂੰ ਆਈਡੀਆ ਦਿੰਦਿਆਂ ਦਿੰਦਿਆਂ 1999 ਦੇ ਵਿੱਚ ਦੈਨਿਕ ਜਾਗਰਣ ਨਾਂ ਦੀ ਹਿੰਦੀ ਦੀ ਅਖਬਾਰ ਪੰਜਾਬ 'ਚ ਆਈ। ਹਾਂਜੀ। ਉੱਤਰ ਪ੍ਰਦੇਸ਼ ਦੀ ਮੂਲ ਰੂਪ 'ਚ ਅਖਬਾਰ ਸੀ ਇਹ। ਇਹਨਾਂ ਨੇ ਜਦੋਂ ਪੰਜਾਬ ਵਿੱਚ ਪਹਿਲੀ ਟੀਮ ਰੱਖੀ ਜਲੰਧਰ ਤੋਂ, ਅਤੇ ਮੈਂ ਅਚਾਨਕ ਹੀ ਇੱਕ ਵਿਆਹ ਸੀਗਾ ਜਲੰਧਰ,
ਵਿਆਹ 'ਚ ਮੈਂ ਗਿਆ ਹੋਇਆ ਸੀ, ਮੈਂ ਕਿਹਾ ਚੱਲ ਹੁਣ ਉੱਥੇ ਪੋਸਟਰ ਲੱਗੇ ਸੀ ਆਪਣੇ ਬੱਸ ਸਟੈਂਡ 'ਤੇ, ਠੀਕ ਹੈ, ਵੀ ਅਸੀਂ ਇੰਟਰਵਿਊ ਕਰ ਰਹੇ ਹਾਂ, ਮੈਂ ਇੰਟਰਵਿਊ ਦੇਣ ਚਲਾ ਗਿਆ। ਉਹ ਮੈਨੂੰ ਬਹੁਤ ਉਹਨਾਂ ਨੇ ਕਿਹਾ ਵੀ ਤੂੰ ਕਾਲਜ ਦਾ ਟੀਚਰ ਆ, ਤੂੰ ਕਾਹਤੇ ਇੱਧਰ ਆਉਣਾ ਚਾਹੁੰਦਾ? ਮੈਂ ਕਿਹਾ ਜੀ ਮੈਂ ਉਹ ਛੱਡਣਾ ਚਾਹੁੰਦਾ, 7 ਸਾਲ ਹੋ ਗਏ, ਹੁਣ ਹੋਰ ਪਾਸੇ ਟਰਾਈ ਕਰਦੇ ਹਾਂ। ਸੋ 92 ਤੋਂ 99 ਤੱਕ ਪੜ੍ਹਾਇਆ ਅਤੇ 99 'ਚ ਹਿੰਦੀ ਦੀ ਅਖਬਾਰ 'ਚ ਬਤੌਰ ਸਟਾਫਰ ਮੈਂ ਜੁਆਇਨ ਕਰ ਲਿਆ। ਠੀਕ ਹੈ, ਅਤੇ ਕਿਸ ਤਰ੍ਹਾਂ ਦਾ ਤੁਹਾਡਾ ਹਿੰਦੀ ਦੀ ਜਿਹੜੇ ਤੁਸੀਂ ਪੱਤਰਕਾਰੀ ਦੇ ਤੌਰ 'ਤੇ ਜਿਹੜਾ ਕੰਮ ਸ਼ੁਰੂ ਕੀਤਾ, ਤੁਹਾਡਾ ਆਫਿਸ ਦੇ ਵਿੱਚ ਜ਼ਿਆਦਾ ਕੰਮ ਹੁੰਦਾ ਸੀ ਐਜ ਏ ਡੈਸਕ ਦੇ ਉੱਤੇ ਕਿ ਜਾਂ ਤੁਸੀਂ ਮਤਲਬ ਫੀਲਡ ਦੇ ਵਿੱਚ ਕੰਮ? ਨਹੀਂ, ਮੈਂ ਫੀਲਡ ਵਿੱਚ ਹੀ ਰਿਹਾ ਜੀ, ਔਰ ਬਹੁਤ ਜ਼ਬਰਦਸਤ ਸਟੋਰੀਜ਼ ਮੇਰੀਆਂ ਰਹੀਆਂ। ਮੈਨੂੰ ਸ਼ੌਕ ਬਹੁਤ ਸੀ, ਇੱਕ ਨਵੀਂ ਅਖਬਾਰ ਸੀ, ਜੋਸ਼ ਬਹੁਤ ਸੀ। ਇੱਕ ਪਹਿਲੀ ਵਾਰ ਇੱਦਾਂ ਮਹਿਸੂਸ ਹੋਇਆ ਸੀ ਪੰਜਾਬ ਦੇ ਵਿੱਚ ਕਿ ਪਹਿਲਾਂ ਤਾਂ ਇਹ ਲੱਗਦਾ ਸੀ ਕਿ ਸ਼ਾਇਦ ਪੱਤਰਕਾਰ ਨੂੰ ਪੈਸੇ ਨਹੀਂ ਮਿਲਦੇ, ਜਿਹਦੀ ਕਿ ਇੱਕ ਐਕਚੁਅਲੀ ਇਹ ਜਿਹੜੀ ਤੁਸੀਂ ਦੈਨਿਕ ਜਾਗਰਣ ਦੀ ਗੱਲ ਕੀਤੀ ਹੈਗੀ ਹੈ, ਜਦੋਂ ਵੈਸੇ ਪੰਜਾਬ ਦੇ ਵਿੱਚ ਦੈਨਿਕ ਜਾਗਰਣ ਅਖਬਾਰ ਆਈ, ਹਾਲਾਂਕਿ ਜਲੰਧਰ ਤੋਂ ਤਕਰੀਬਨ ਮਤਲਬ 3-4 ਦਰਜਨ ਤੋਂ ਜ਼ਿਆਦਾ ਜਿਹੜੀਆਂ ਅਖਬਾਰਾਂ ਛਪਦੀਆਂ ਨੇ, ਪਰ ਕਿਸੇ ਵੀ ਪੱਤਰਕਾਰ ਨੂੰ ਪੈਸਿਆਂ ਵਾਲਾ ਜਿਹੜਾ ਰਿਵਾਜ ਕੋਈ ਬਹੁਤਾ ਹੈ ਨਹੀਂ, ਥੋੜ੍ਹੇ ਬਹੁਤੇ ਜਿਹੜੇ ਸਟਾਈਪੈਂਡ ਤੌਰ 'ਤੇ ਮਿਲਦੇ। ਪਰ ਮੈਨੂੰ ਲੱਗਦਾ ਜਦੋਂ ਦੈਨਿਕ ਜਾਗਰਣ ਅਖਬਾਰ ਆਈ ਉਦੋਂ ਹੀ ਲੱਗਿਆ ਵੀ ਪੱਤਰਕਾਰਾਂ ਨੂੰ ਤਨਖਾਹ ਵੀ ਮਿਲਦੀ ਹੈ ਜੀ। ਮੈਂ ਹੈਰਾਨ ਹੋਇਆ ਕਿ ਮੈਨੂੰ ਪਹਿਲੀ ਵਾਰ 21 ਸਤੰਬਰ 1999 ਮੈਂ ਜੁਆਇਨ ਕੀਤਾ ਅਤੇ ਪਹਿਲੀ ਤਨਖਾਹ 7500 ਰੁਪਈਆ ਮਿਲੀ ਸੀ, ਅਤੇ ਮੈਨੂੰ ਲੱਗੀ ਕਿ ਬਹੁਤ, ਕਿਉਂਕਿ 6500 ਕਾਲਜ 'ਚ ਮਿਲਦੀ ਸੀ, ਠੀਕ ਹੈ, ਉਸ ਤੋਂ 1000 ਰੁਪਈਆ ਮਿਲੀ ਮੈਨੂੰ ਜ਼ਿਆਦਾ, ਆਪਣੇ ਇੰਟਰਸਟ ਦਾ ਕੰਮ ਲੋਕਾਂ ਦੇ ਵਿੱਚ ਵਿਚਰਨ ਦਾ ਕੰਮ। ਤੇ ਉਸ ਤੋਂ ਬਾਅਦ ਜੀ ਮੇਰੀਆਂ ਫਿਰ ਹੌਲੀ ਹੌਲੀ ਖਬਰਾਂ ਬੜੀਆਂ ਹਿੱਟ ਹੋਣ ਲੱਗ ਪਈਆਂ, ਕਿਉਂਕਿ ਮੇਰੇ ਲਿਖਣ ਦਾ ਸਟਾਈਲ ਥੋੜ੍ਹਾ ਜਿਹਾ ਲਿਟਰੇਰੀ ਸੀ, ਕਿਉਂਕਿ ਅੰਗਰੇਜ਼ੀ 'ਚ ਲਿਖਦਾ ਸੀ ਮੈਂ, ਠੀਕ ਹੈ, ਤੋ ਉਹਦੇ ਵਿੱਚ ਮੈਂ ਅੰਗਰੇਜ਼ੀ ਲਿਟਰੇਚਰ ਵਾੜ ਦਿੰਦਾ ਸੀ ਖਬਰ 'ਚ ਕਿਸੇ ਨਾ ਕਿਸੇ ਤਰ੍ਹਾਂ, ਆਪਣੇ ਆਪ ਹੀ ਆ ਜਾਂਦਾ ਸੀ, ਮੈਂ ਕੋਈ ਜਾਣ ਬੁੱਝ ਕੇ ਨਹੀਂ ਸੀ ਕਰਦਾ, ਸਹਿ ਸੁਭਾਅ ਜਿਹੜਾ ਤੁਹਾਡੇ ਅੰਦਰ ਹੈਗਾ ਨੈਚੁਰਲੀ ਉਹੀ ਕਲਮ ਦੇ ਵਿੱਚ ਵੀ ਆਣਾ ਹੀ ਹੈ। ਤਾਂ ਉਹਦੇ ਨਾਲ ਇਹ ਹੋਇਆ ਕਿ ਕੁਝ ਖਬਰਾਂ ਕਾਫੀ ਜ਼ਿਆਦਾ ਚਰਚਿਤ ਹੋਈਆਂ। ਫਿਰ ਉਸ ਵੇਲੇ ਪੰਜਾਬ ਦੇ ਗਵਰਨਰ ਸੀ ਜੀ ਲੈਫਟੀਨੈਂਟ ਜਨਰਲ BKN ਛਿੱਬਰ, ਉਹਨਾਂ ਦੀ ਇੱਕ ਬੜੀ ਕੰਟਰੋਵਰਸ਼ੀਅਲ ਇੰਟਰਵਿਊ ਛਪ ਗਈ ਸਾਡੀ ਅਖਬਾਰ 'ਚ, ਠੀਕ ਹੈ, ਉਹਨਾਂ ਨੇ ਕੁਝ ਗੱਲਾਂ, ਹਾਲਾਂਕਿ ਉਹ ਇਹ ਦਾਅਵਾ ਕਰਦੇ ਨੇ ਕਿ ਮੈਂ ਤਾਂ ਇਹ ਆਫ ਦੀ ਰੈਕਡ ਕਿਹਾ ਸੀ, ਪਰ ਮੇਰੇ ਕੋਲ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਜਿਹੜੀ ਉਹਨਾਂ ਨੇ ਕਹੀ ਹੋਵੇ, ਔਰ ਇਸੇ ਕਰਕੇ ਮੈਂ ਆਪਣੀ ਪੂਰੀ ਜ਼ਿੰਮੇਦਾਰੀ ਨਾਲ ਉਹ ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ ਸੀ ਉਹਨੂੰ ਛਾਪ ਦਿੱਤਾ। ਅਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਵਿਵਾਦ ਖੜ੍ਹਾ ਹੋਇਆ, ਅਤੇ ਉਸ ਵੇਲੇ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਅਤੇ ਉਹਦੇ ਵਿੱਚ ਕਾਫੀ ਜ਼ਿਆਦਾ ਵਾਵੇਲਾ ਖੜ੍ਹਾ ਹੋਇਆ, ਅਤੇ ਉਹਨੇ ਉਸ ਖਬਰ ਤੋਂ ਬਾਅਦ ਫਿਰ ਮੇਰਾ ਜਿਹੜਾ ਚਰਚਾ ਜਿਹੜਾ ਸੀ ਉਹ ਅਖਬਾਰ 'ਚ ਮੀਡੀਆ 'ਚ ਸ਼ੁਰੂ ਹੋਇਆ, ਮੀਡੀਆ 'ਚ ਸ਼ੁਰੂ ਹੋਇਆ ਜੀ। ਇਹ ਰਿਸ਼ੀ ਜੀ, ਮੈਂ ਤੁਹਾਡੇ ਕੋਲ ਇੱਕ ਇਸ ਤੁਸੀਂ ਕਿਉਂਕਿ ਹਿੰਦੀ ਪੱਤਰਕਾਰੀ ਦੇ ਨਾਲ ਜਿਹੜਾ ਹੈ ਜੁੜੇ ਹੋਏ, ਹਿੰਦੀ ਅਖਬਾਰਾਂ ਅਤੇ ਅੰਦਰ ਮੈਨੇਜਮੈਂਟ ਨੂੰ ਵੀ ਤੁਸੀਂ ਵੇਖਿਆ ਘੋਖਿਆ, ਜਿਹੜਾ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਨੇ ਸੰਤਾਪ ਭੋਗ ਕਿਆ ਲੰਬੇ ਸਮੇਂ ਵਾਸਤੇ, ਇਹਦੇ 'ਚ ਇਹ ਮੰਨਿਆ ਜਾਂਦਾ ਹੈ ਜਿਵੇਂ BJP ਦੇ ਜਿਹੜੇ ਸਵਾਮੀ ਜੀ ਹੈਗੇ ਨੇ ਉਹਨਾਂ ਦੀ ਮੈਂ ਇੱਕ ਇੰਟਰਵਿਊ ਸੁਣੀ, ਉਹਨਾਂ ਨੇ ਵੀ ਇਸ ਗੱਲ ਬੜੀ ਸਪਸ਼ਟ ਉਹਨਾਂ ਨੇ ਇਹ ਗੱਲ ਇਸ ਦਾ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਜਿਹੜਾ ਸੰਤਾਪ ਵਾਪਰਿਆ ਇਹ ਬੇਸਿਕਲੀ ਜਿਹੜਾ ਦੋ ਮਤਲਬ ਅਖਬਾਰਾਂ ਮੇਨ ਜਿਹੜੀਆਂ, ਇੱਕ ਪੰਜਾਬੀ ਦੀ ਔਰ ਇੱਕ ਹਿੰਦੀ ਦੀ ਅਖਬਾਰ ਹੈ, ਇਹਨਾਂ ਦੀ ਆਪਸੀ ਲੜਾਈ ਕਰਕੇ ਹੀ ਇਹ ਜਿਹੜਾ ਪੰਜਾਬ ਨੇ ਸੰਤਾਪ ਜਿਹੜਾ ਭੋਗਿਆ ਜੀ, ਇਸ ਨੂੰ ਤੁਸੀਂ ਕਿੰਨਾ ਕੁ ਜਾਇਜ਼ ਇਸ ਗੱਲ ਨੂੰ ਮੰਨਦੇ ਧਾਰਨਾ ਨੂੰ? ਮੈਂ ਕਾਫੀ ਹੱਦ ਤੱਕ ਇਹਨੂੰ ਸਹਿਮਤੀ ਆਪਣੀ ਦੇਵਾਂਗਾ ਜੀ। ਉਹਦੇ ਪਿੱਛੇ ਸਤਵਿੰਦਰ ਜੀ ਗੱਲ ਇੱਕ ਬਹੁਤ ਮਹੱਤਵਪੂਰਨ ਹੈ ਕਿ ਇਸ ਉਹ ਜਿਹੜਾ ਸੰਤਾਪ ਆ 1978 ਤੋਂ ਲੈ ਕੇ 1992 ਅਸੀਂ ਮੰਨ ਲਈਏ ਜੀ, ਇਹ ਜਿਹੜਾ ਵਿੱਚ ਜਿਹੜਾ ਸਮਾਂ ਆ ਇਹ ਇੰਨੇ ਦੁੱਖ ਵਾਲਾ ਸਮਾਂ ਰਿਹਾ, ਇਹਦੇ ਕਈ ਪੱਧਰ, ਪਹਿਲਾਂ ਤਾਂ ਅਸੀਂ ਰਾਜਨੀਤਿਕ ਇੱਕ ਪੜਾਅ ਦੇਖ ਸਕਦੇ ਹਾਂ ਕਿ ਰਾਜਨੀਤਿਕ ਧਿਰਾਂ ਦੇ ਉੱਤੇ ਕਿ ਕਿੱਥੋਂ ਗਿਆਨੀ ਜ਼ੈਲ ਸਿੰਘ ਅਤੇ ਸਰਦਾਰ ਦਰਬਾਰਾ ਸਿੰਘ ਦੇ ਵਿਚਕਾਰ ਦੀ ਲੜਾਈ, ਕਿਸ ਤਰ੍ਹਾਂ ਅਕਾਲੀ ਦਲ ਨੂੰ ਥੱਲੇ ਲਾਉਣ ਦੀ ਲੜਾਈ, ਫਿਰ ਇਹ ਸਿਆਸੀ ਲੜਾਈ ਕਾਂਗਰਸ ਅਤੇ ਅਕਾਲੀ ਦਲ ਦੇ ਵਿਚਕਾਰ ਦੀ ਹੁੰਦੀ ਹੋਈ ਕਿਸ ਤਰ੍ਹਾਂ ਸਮਾਜ ਨੂੰ ਵੰਡਣ ਵੱਲ ਨੂੰ ਤੁਰੀ, ਅਤੇ ਉਹਦੇ ਵਿੱਚ
ਲਾਹਾ ਖੱਟਣ ਦੀ ਇੱਕ ਲੜਾਈ ਜਿਹੜੀ ਸ਼ੁਰੂ ਹੋਈ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ, ਕਿ ਜਿੰਨੀਆਂ ਸਿੱਖ ਪੱਖੀ ਲਹਿਰਾਂ ਸੀ ਜਾਂ ਜਿਹੜੇ ਖਾੜਕੂਵਾਦ ਸ਼ੁਰੂ ਹੋਇਆ, ਜਿਹੜਾ ਅੱਤਵਾਦ ਸ਼ੁਰੂ ਹੋਇਆ, ਉਹਦੇ ਵਿੱਚ ਪੰਜਾਬੀ ਦੀ ਇੱਕ ਅਖਬਾਰ, ਅਤੇ ਉਹਦੇ ਦੂਜੇ ਪਾਸੇ ਹਿੰਦੂਆਂ ਦੇ ਇਸ਼ੂਜ਼ ਨੂੰ ਲੈ ਕੇ ਹਿੰਦੀ ਦੀ ਇੱਕ ਅਖਬਾਰ ਨੇ ਜਿਹੜੀ ਲੜਾਈ ਸ਼ੁਰੂ ਕੀਤੀ, ਉਹਦੇ ਵਿੱਚ ਤੁਸੀਂ ਯਕੀਨ ਕਰਨਾ ਜੀ ਕਿ ਮੈਨੂੰ ਅਜੇ ਵੀ ਉਹ ਚੰਗੀ ਤਰ੍ਹਾਂ ਯਾਦ ਆ ਕਿ ਹਿੰਦੀ ਦੀ ਅਖਬਾਰ ਵਿੱਚ ਲਿਖਿਆ ਜਾਂਦਾ ਸੀ ਕਿ ਅੱਜ 27 ਆਤੰਕਵਾਦੀ ਮਾਰੇ ਗਏ। ਉਹਦੇ ਵਿੱਚ ਅਕਸਰ ਇਹ ਸ਼ਬਦ ਮੂਹਰੇ ਸਿੱਖ ਵੀ ਪਾਇਆ ਹੁੰਦਾ ਸੀ, 27 ਸਿੱਖ ਆਤੰਕਵਾਦੀ ਮਾਰੇ ਗਏ। ਦੂਜੇ ਪਾਸੇ ਜਦੋਂ ਵੀ ਖਬਰ ਛਪਦੀ ਸੀ ਪ੍ਰਮੁੱਖਤਾ ਨਾਲ ਪੰਜਾਬੀ ਵਿੱਚ, ਉਹਦੇ ਵਿੱਚ ਹੁੰਦਾ ਸੀ ਕਿ ਖਾੜਕੂਆਂ ਨੇ ਇੰਨੇ ਬੰਦੇ ਕਤਲ ਕੀਤੇ, ਉਹਦੇ ਵਿੱਚ 38 ਬੰਦੇ ਕਤਲ ਕੀਤੇ ਜਾਂ 38 ਦਾ ਕਤਲ ਹੋਇਆ। ਉਹਦੇ ਵਿੱਚ ਕਤਲਾਂ ਦੀ ਖਬਰ ਜ਼ਿਆਦਾ ਸੀ, ਦੂਜੇ ਪਾਸੇ ਆਤੰਕਵਾਦੀਆਂ ਨੂੰ ਮਾਰੇ ਜਾਂਦੇ, ਸਿੱਖ ਆਤੰਕਵਾਦੀਆਂ ਨੂੰ ਮਾਰੇ ਜਾਂਦੇ। ਇਸ ਲੜਾਈ ਭਾਵਨਾਵਾਂ ਬਿਲਕੁਲ, ਔਰ ਇਸ ਅੱਤਵਾਦ ਦੇ ਵਿੱਚ, ਇਸ ਦੌਰ ਦੇ ਵਿੱਚ ਇਹਨਾਂ ਦੋਹਾਂ ਅਖਬਾਰਾਂ ਦੀ ਲੜਾਈ ਨੇ ਪੰਜਾਬ ਦੇ ਸਮਾਜ ਨੂੰ ਵੰਡਣ ਵਿੱਚ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ, ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ। ਇੱਕ ਇਹ ਵੀ ਇੱਥੇ, ਕਿਉਂਕਿ ਤੁਸੀਂ ਪੱਤਰਕਾਰੀ ਦੇ ਨਾਲ ਜੁੜੇ ਹੋਏ ਆ, ਅਤੇ ਮੈਨੂੰ ਹਮੇਸ਼ਾ ਇਹੀ ਰਹਿੰਦਾ ਹੈ, ਲਾਲਚ ਇੱਕ ਤਰ੍ਹਾਂ ਦਾ ਰਹਿੰਦਾ ਹੈ ਕਿ ਜਿਹੜਾ ਬੰਦਾ ਜਿਸ ਫੀਲਡ ਦੇ ਨਾਲ ਹੈਗਾ ਉਹਦੇ ਨਾਲ ਰਿਲੇਟਡ ਜਿਹੜੇ ਇਸ਼ੂਜ਼ ਹੈਗੇ ਨੇ ਉਹਨਾਂ 'ਤੇ ਜਾਣਕਾਰੀ ਲਈ ਜਾਵੇ, ਕਿ ਇੱਕ ਫਸਟ ਹੈਂਡ ਜਿਹੜੀ ਇਨਫੋਰਮੇਸ਼ਨ ਜਿਹੜੀ ਆ ਦਰਸ਼ਕਾਂ ਦੇ ਨਾਲ ਜਿਹੜੀ ਸਾਂਝੀ ਕੀਤੀ ਜਾਵੇ। ਇੱਕ ਜਿਹੜਾ ਮਤਲਬ ਪੰਜਾਬ ਦੀ ਧਰਤੀ 'ਤੇ ਜਿਹੜਾ ਪੈਦਾ ਹੋਇਆ, ਸਦੀਆਂ ਤੋਂ ਉਹਦੇ ਜਿਹੜੇ ਹੈਗੇ ਨੇ ਪੂਰਵਜ ਉੱਥੇ ਰਹਿੰਦੇ ਹੈਗੇ ਨੇ, ਵੱਡੇ ਵਡੇਰੇ ਰਹਿੰਦੇ ਨੇ, ਪੰਜਾਬੀ ਜ਼ਬਾਨ ਉਹ ਬੋਲਦੇ ਹੈਗੇ ਨੇ, ਪਰ ਇਸ ਸੰਤਾਪ ਦਾ ਇੱਕ ਇਸ਼ੂ ਇਹ ਵੀ ਆਇਆ ਕਿ ਹਿੰਦੂ ਕਮਿਊਨਿਟੀ ਨੂੰ ਜਿਹੜੇ ਬਿਲੋਂਗ ਕਰਨ ਵਾਲੇ ਉੱਥੇ ਵਸਿੰਦੇ ਸੀ, ਉਹਨਾਂ ਨੇ ਕਿਸੇ ਮੌਕੇ ਦੇ ਉੱਤੇ ਆ ਕੇ ਆਪਣੀ ਜਿਹੜੀ ਮਾਂ ਭਾਸ਼ਾ, ਜਿਹੜੀ ਮਾਂ ਬੋਲੀ ਸੀ, ਉਹ ਹਿੰਦੀ ਲਿਖਾਉਣੀ ਸ਼ੁਰੂ ਕਰ ਦਿੱਤੀ। ਅਤੇ ਇਹ ਵੀ ਮੰਨਿਆ ਜਾਂਦਾ ਕਿ ਉਹ ਸ਼ਾਇਦ ਹਿੰਦੀ ਅਖਬਾਰ ਨੂੰ ਇਹ ਸੀ ਕਿ ਜਿੰਨੇ ਜ਼ਿਆਦਾ ਲੋਕ ਹਿੰਦੀ ਬੋਲਣ ਵਾਲੇ ਹੋਣਗੇ ਜਾਂ ਹਿੰਦੀ ਵੱਲ ਨੂੰ ਅਟੈਚ ਹੋਣਗੇ, ਉਹਨੂੰ ਬਿਜ਼ਨਸ ਦਾ ਫਾਇਦਾ ਹੋਏਗਾ। ਉਹਨੇ ਇਹ ਨਹੀਂ ਦੇਖਿਆ ਕਿ ਸਮਾਜ ਵੰਡ ਰਿਹਾ ਹੈਗਾ ਜਾਂ ਲੋਕ ਜਿਹੜੀ ਸੱਚਾਈ ਤੋਂ ਜਿਹੜੇ ਮੁੱਕਰ ਰਹੇ ਨੇ। ਤੁਹਾਨੂੰ ਲੱਗਦਾ ਕਿ ਉਹ ਇਸ ਜਿਹੜੀ ਮਾਂ ਬੋਲੀ ਤੋਂ ਮੁਨੱਕਰ ਹੋਣਾ ਵੀ ਜਿਹੜਾ ਹੈਗਾ ਵੀ ਇਹ ਵੀ ਕਿਸੇ ਦੇ ਹੱਥਾਂ ਦੇ ਵਿੱਚ ਖੇਡਣ ਵਾਲੀ ਗੱਲ ਸੀ? ਜੀ ਬਿਲਕੁਲ, ਮੈਂ ਇੱਥੇ ਦੋ ਤਿੰਨ ਗੱਲਾਂ ਸਤਵਿੰਦਰ ਜੀ ਵਿਸਥਾਰ 'ਚ ਕਰਨੀਆਂ ਚਾਹਾਂਗਾ ਕਿ ਮਹਾਤਮਾ ਗਾਂਧੀ ਨੇ ਇੱਕ ਵਾਰ ਕਿਹਾ ਸੀ ਕਿ ਭਾਰਤ ਪਿੰਡਾਂ ਵਿੱਚ ਵੱਸਦਾ, ਅਤੇ ਜੇ ਮਹਾਤਮਾ ਗਾਂਧੀ ਦੀ ਇਸ ਗੱਲ ਨੂੰ ਆਪਾਂ ਮੰਨ ਲਈਏ ਕਿ ਭਾਰਤ ਪਿੰਡਾਂ ਵਿੱਚ ਵੱਸਦਾ ਅਤੇ ਪਿੰਡਾਂ ਵਿੱਚ ਵੱਸਣ ਵਾਲੇ ਲੋਕ ਬਿਲਕੁਲ ਸ਼ੁੱਧ ਭਾਰਤੀ ਨੇ, ਜੇ ਭਾਰਤ ਦੀ ਅਸੀਂ ਗੱਲ ਕਰਦੇ ਹਾਂ, ਇਹਨੂੰ ਹੁਣ ਥੋੜ੍ਹਾ ਜਿਹਾ ਆਪਾਂ ਪਿੱਛੇ ਨੂੰ ਥੋੜ੍ਹਾ ਬਰੀਕ ਕਰੀਏ, ਇਹਨੂੰ ਜ਼ੂਮ ਕਰ ਲਈਏ, ਜ਼ੂਮ ਕਰਕੇ ਅਸੀਂ ਪੰਜਾਬ 'ਚ ਪਹੁੰਚਦੇ ਹਾਂ। ਪੰਜਾਬ ਵਿੱਚ 20 ਪਿੰਡ ਨੇ, ਪੰਜਾਬ ਜੇ ਹੁਣ ਇਹਨੂੰ ਭਾਰਤ ਪਿੰਡਾਂ ਵਿੱਚ ਵੱਸਦਾ ਤਾਂ ਅਸੀਂ ਕਹੀਏ ਪੰਜਾਬ ਵੀ ਪਿੰਡਾਂ ਵਿੱਚ ਵੱਸਦਾ, ਅਤੇ ਪਿੰਡਾਂ ਵਿੱਚ ਵੱਸਣ ਵਾਲੇ ਜਿਹੜੇ ਪੇਂਡੂ ਨੇ, ਮੈਂ ਪੇਂਡੂ ਹਾਂ, ਮੈਂ ਪਿੰਡ 'ਚ ਵੱਸਦਾ ਸੀ, ਅਤੇ ਪੰਜਾਬ ਦੀ ਬੋਲੀ ਪੰਜਾਬੀ, ਸਾਡੀ ਵੀ ਬੋਲੀ ਪੰਜਾਬੀ, ਚਾਹੇ ਉਹ ਹਿੰਦੂ ਆ, ਚਾਹੇ ਉਹ ਮੁਸਲਮਾਨ ਆ, ਚਾਹੇ ਉਹ ਸਿੱਖ ਆ, ਚਾਹੇ ਕਿਸੇ ਵੀ ਧਰਮ ਦੀ ਰੀਜ਼ਨ ਦੀ ਹੁੰਦੀ ਹੈਗੀ ਨਾ ਧਰਮ ਨਾਲ ਕੋਈ ਉਹਦਾ ਸੰਬੰਧ ਹੁੰਦਾ। ਜੇ ਪਿੰਡਾਂ ਵਿੱਚ ਰਹਿੰਦੇ ਬੰਦਿਆਂ ਦੀ ਬੋਲੀ ਸਾਡੀ ਪੰਜਾਬੀ ਸੀ, ਇਹੀ ਕੋਨਸੈਪਟ ਸ਼ਹਿਰਾਂ ਵਿੱਚ ਬਹੁਤ ਅਨਫਾਰਚੁਨੇਟ ਰਿਹਾ ਕਿ ਨਹੀਂ ਜਾ ਸਕਿਆ। ਸ਼ਹਿਰੀ ਹਿੰਦੂ ਨੇ ਕਦੇ ਵੀ ਉਸ ਇਕਮਿਕਤਾ ਦੇ ਨਾਲ, ਜਿਸ ਪਿੰਡਾਂ ਦੇ ਵਿੱਚ ਜਿਹੜੇ ਹਿੰਦੂ ਅਤੇ ਸਿੱਖਾਂ ਦੀ ਏਕਤਾ ਦੇਖੀ ਹੈ, ਜਿਹੜੀ ਵਿਚਰੀ ਹੈ, ਸਾਡੇ ਤਾਂ ਜਿੰਦ ਜਾਨ ਸਿੱਖ ਰਹੇ ਨੇ, ਸਾਡੇ ਇੱਧਰਲੇ ਪਾਸੇ ਸਿੱਖ, ਦੂਜੇ ਪਾਸੇ ਸਿੱਖ, ਸਾਡਾ ਰਹਿਣਾ ਬਹਿਣਾ ਸਿੱਖਾਂ ਦੇ ਨਾਲ, ਸ਼ਹਿਰਾਂ 'ਚ ਇਹ ਗੱਲ ਹੈ ਹੀ ਨਹੀਂ ਸੀ। ਬਿਲਕੁਲ, ਉਹ ਜਿਹੜੀ ਏਕੇ ਦੀ ਭਾਵਨਾ ਪਿੰਡਾਂ ਵਿੱਚ ਜਿਹੜੀ ਮਿਲੀ, ਉਹ ਅਨਫਾਰਚੁਨੇਟ ਰਿਹਾ ਇਹ ਸਾਰਾ ਕਿ ਸ਼ਹਿਰਾਂ ਵਿੱਚ ਨਹੀਂ ਮਿਲ ਸਕੀ। ਦੂਜੇ ਪਾਸੇ ਇਸ ਅਖਬਾਰਾਂ ਨੇ, ਤੀਜੇ ਪਾਸੇ ਜਿਹੜੇ ਧਰਮ ਦੇ ਲੰਬੜਦਾਰ ਜਿਹੜੇ ਤੁਰੇ ਫਿਰਦੇ ਨੇ, ਉਹਨਾਂ ਨੇ ਆ ਕੇ ਜਿਹੜਾ ਗੜਬੜੀ ਸ਼ੁਰੂ ਕੀਤੀ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਮੇਰੇ ਗ੍ਰੈਂਡਫਾਦਰ ਉਦੋਂ ਜ਼ਿੰਦਾ ਸੀ ਜਦੋਂ ਮਰਦਮਸ਼ੁਮਾਰੀ ਹੋਈ, ਅਤੇ ਸਾਡੇ ਸਕੂਲ ਦੇ ਟੀਚਰ ਮਰਦਮਸ਼ੁਮਾਰੀ ਲਿਖਾਉਣ ਲਈ ਆਏ, ਸਾਡਾ ਬਾਹਮਣਾਂ ਦਾ ਪਰਿਵਾਰ ਸੀ, ਮੇਰੇ ਗ੍ਰੈਂਡਫਾਦਰ ਬੈਠੇ ਸੀ, ਅਤੇ ਟੀਚਰ ਨੇ ਪੁੱਛਿਆ ਜੀ, ਉਹਨੇ ਆਪੇ ਹੀ ਭਰ ਦਿੱਤਾ,
ਮਾਤ ਭਾਸ਼ਾ ਹਿੰਦੀ ਆਪੇ ਭਰ ਦਿੱਤੀ ਉਹਨੇ, ਉਹ ਬ੍ਰਾਹਮਣ ਆ ਪੰਡਿਤ ਆ ਵੀ ਹਿੰਦੀ ਆਉਣੀ ਆ। ਤਾਂ ਜਦੋਂ ਉਹਦੇ 'ਤੇ ਸਾਈਨ ਕਰਨ ਦੀ ਗੱਲ ਆਈ ਤਾਂ ਮੇਰੇ ਗ੍ਰੈਂਡਫਾਦਰ ਨੇ ਪੁੱਛਿਆ ਵੀ ਆਹ ਤੂੰ ਹਿੰਦੀ ਤੂੰ ਕਿਹਨੂੰ ਪੁੱਛ ਕੇ ਲਿਖੀ ਹੈ, ਉਹ ਕਹਿੰਦਾ ਜੀ ਤੁਸੀਂ ਬ੍ਰਾਹਮਣ ਹੋ ਤੁਸੀਂ ਪੰਡਿਤ ਹੋ ਤੁਹਾਡੇ ਤੋਂ, ਕਹਿੰਦੇ ਫਿਰ ਮੈਂ ਤੇਰੇ ਨਾਲ ਜਿਹੜੀ ਭਾਸ਼ਾ 'ਚ ਗੱਲ ਕਰਦਾ ਉਹ ਹਿੰਦੀ ਗੱਲ ਪੰਜਾਬੀ 'ਚ ਕਰ ਰਿਹਾ ਅਤੇ ਲਿਖ ਰਿਹਾ ਤੂੰ ਹਿੰਦੀ ਰਿਹਾ ਹੈਗਾ, ਜਿਸ ਭਾਸ਼ਾ 'ਚ ਮੇਰਾ ਹੋਕਾ ਨਿਕਲਦਾ ਜਿਸ ਭਾਸ਼ਾ 'ਚ ਮੈਂ ਆਪਣੇ ਪੋਤੇ ਨੂੰ ਆਵਾਜ਼ ਮਾਰਦਾ ਉਹੀ ਭਾਸ਼ਾ ਮੇਰੀ ਭਾਸ਼ਾ ਆ, ਨਹੀਂ ਤੂੰ ਹਿੰਦੀ ਕਿਵੇਂ ਲਿਖ ਦਿੱਤੀ, ਉਹਨੂੰ ਕੱਟ ਕੇ ਉੱਥੇ ਭਰਨੀ ਪਈ ਮੈਨੂੰ ਚੰਗੀ ਤਰ੍ਹਾਂ ਯਾਦ ਆ। ਸੋ ਇਹ ਸਪਿਰਿਟ ਜਿਹੜੀ ਆ ਸ਼ਹਿਰਾਂ ਦੇ ਵਿੱਚ ਨਹੀਂ ਸੀ ਦੇਖੀ ਗਈ, ਔਰ ਜਿਹਨਾਂ ਲੋਕਾਂ ਨੇ ਵੀ ਉਸ ਵੇਲੇ ਪੰਜਾਬ ਵਿੱਚ ਰਹਿੰਦਿਆਂ ਹੋਇਆਂ ਪੰਜਾਬੀ ਬੋਲਦਿਆਂ ਹੋਇਆਂ ਪੰਜਾਬੀ ਸਿੱਖਦਿਆਂ ਹੋਇਆਂ ਹਿੰਦੀ ਭਾਸ਼ਾ ਲਿਖਾਈ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਿੱਚ, ਉਹਨਾਂ ਦਾ ਵੀ ਉਨਾ ਹੀ ਯੋਗਦਾਨ। ਬਿਲਕੁਲ, ਇਹ ਇੱਕ ਜੇ ਮੈਂ ਪੂਰੇ ਵਰਲਡ ਦੀ ਆਪਾਂ ਜੇ ਗੱਲ ਕਰੀਏ ਵੀ ਜਿੱਥੇ ਵੀ ਇੱਦਾਂ ਦੀਆਂ ਸਮੱਸਿਆਵਾਂ ਖੜੀਆਂ ਹੁੰਦੀਆਂ ਤਾਂ ਵੇਖਣ ਵਿੱਚ ਇਹ ਹੀ ਮਿਲਦਾ ਹੈਗਾ ਕਿ ਉਹਦੇ ਪਿੱਛੇ ਕੋਈ ਨਾ ਕੋਈ ਜਿਹੜੇ ਹੈਗੇ ਨੇ ਛੁਪੇ ਹੋਏ ਮਕਸਦ ਕੁਛ ਖਾਸ ਲੋਕਾਂ ਦੇ ਹੁੰਦੇ ਨੇ, ਭਾਵੇਂ ਧਰਮ ਦੇ ਠੇਕੇਦਾਰ ਹੋਣ ਭਾਵੇਂ ਉਹ ਰਾਜਨੀਤੀ ਨਾਲ ਸੰਬੰਧਿਤ ਹੋਣ, ਪਰ ਆਮ ਲੋਕੀ ਜਿਹੜੇ ਨੇ ਉਸ ਦਾ ਸੰਤਾਪ ਜਿਹੜਾ ਭੋਗਦੇ ਨੇ। ਬਿਲਕੁਲ ਇਹੀ ਹੋਇਆ ਪੰਜਾਬ ਨੇ ਆਮ ਲੋਕਾਂ ਨੇ ਭੁਗਤਿਆ ਜੀ, ਜਿਹਨਾਂ ਲੋਕਾਂ ਨੇ ਕਰਵਾਇਆ ਉਹ ਅੱਜ ਨਜ਼ਰ ਵੀ ਨਹੀਂ ਆਉਂਦੇ ਤੇ ਜਿਨ੍ਹਾਂ ਨੇ ਭੁਗਤਿਆ ਉਹ ਅੱਜ ਵੀ ਰੋ ਰਹੇ। ਜਿਹੜੇ ਇਸ਼ੂਆਂ ਦੇ ਉੱਤੇ ਜਿਹੜਾ ਇਹ ਸਾਰਾ ਸੰਤਾਪ ਨੂੰ ਜਿਹੜੀ ਆ ਕਹਿ ਲਓ ਕਿ ਹਵਾ ਦਿੱਤੀ ਗਈ ਸੀ, ਉਹਨਾਂ ਸਾਰੇ ਇਸ਼ੂਜ਼ ਨੂੰ ਅੱਜ ਸਾਰੇ ਹੀ ਉਹ ਲੋਕ ਜਿਹੜੇ ਭੁੱਲ ਗਏ ਨੇ, ਭਾਵੇਂ ਗਏ ਅਤੇ ਜਿਉਂਦੇ ਜਾਗਦੇ ਹੈਗੇ ਨੇ, ਪਰ ਫਿਰ ਵੀ ਉਹਨਾਂ ਨੇ ਪੰਜਾਬ ਨੂੰ ਸੰਤਾਪ ਦੀ ਜਿਹੜੀ ਭੱਠੀ ਦੇ ਵਿੱਚ ਝੋਕ ਕੇ ਆਪ ਰਾਜ ਜਿਹੜਾ ਕਮਾ ਲਿਆ ਅਤੇ ਹੁਣ ਉਹਨਾਂ ਸਾਰੇ ਇਸ਼ੂਜ਼ ਦੇ ਉੱਤੇ ਕੋਈ ਵੀ ਗੱਲ ਜਿਹੜਾ ਕਰਨ ਨੂੰ ਤਿਆਰ ਨਹੀਂ ਹੈ। ਰਿਸ਼ੀ ਜੀ, ਇੱਕ ਗੱਲ ਜਿਹੜੀ ਹੈ ਮਤਲਬ ਕਿ ਪੱਤਰਕਾਰੀ ਦੇ ਨਾਲ ਰਿਲੇਟਡ ਜਿਹੜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਆਪਾਂ ਵੈਸੇ ਸਮਾਜ ਦੇ ਵਿੱਚ ਜਿਹੜੀ ਹੈ ਗੱਲਬਾਤ ਕਰਦੇ ਰਹਿੰਦੇ ਇੱਕ ਦੂਜੇ ਉੱਤੇ, ਜਿਹੜਾ ਨੁਕਤਾਚੀਨੀ ਵੀ ਕਰਦੇ ਰਹਿੰਦੇ ਹਾਂ, ਤੁਸੀਂ ਬੜੀ ਵਧੀਆ ਅਖਬਾਰ ਦੇ ਨਾਲ ਨੈਸ਼ਨਲ ਅਖਬਾਰ ਹੈ ਦੈਨਿਕ ਜਾਗਰਣ, ਉਹਨਾਂ ਨਾਲ ਤੁਸੀਂ ਜਿਹੜਾ ਕੰਮ ਕੀਤਾ, ਆਮ ਤੌਰ 'ਤੇ ਮੀਡੀਆ 'ਤੇ ਜਿਹੜਾ ਇਲਜ਼ਾਮ ਲੱਗਦਾ ਕਿ ਮੀਡੀਆ ਵਿਕਾਊ ਹੈ ਮੀਡੀਆ ਵਿਕ ਗਿਆ, ਤੁਹਾਡਾ ਕੀ ਐਕਸਪੀਰੀਅੰਸ ਹੈਗਾ, ਤੁਹਾਡੇ ਕੋਲ ਕੀ ਜਾਣਕਾਰੀ ਹੈ ਕਿ ਵਾਕਿਆ ਮੀਡੀਆ ਵਿਕਦਾ ਹੈਗਾ ਜਾਂ ਵਿਕਾਊ ਹੈ ਜਾਂ ਵਿਕਿਆ ਹੋਇਆ? ਦੋ ਪੱਧਰਾਂ 'ਤੇ ਗੱਲ ਕਰਾਂਗਾ ਸਤਵਿੰਦਰ ਜੀ, ਬੜਾ ਕ੍ਰੂਸ਼ਲ ਸਵਾਲ ਆ, ਬਹੁਤ ਵਧੀਆ ਸਵਾਲ ਹੈ। ਪਹਿਲਾਂ ਤਾਂ ਇਹ ਕਿ ਜਦੋਂ ਪੱਤਰਕਾਰੀ ਦੇ ਕੋਰਸ ਕਰਦੇ ਨੇ ਅਸੀਂ, ਜਦੋਂ ਪੜ੍ਹ ਕੇ ਆਉਂਦੇ ਹਾਂ ਜਰਨਲਿਜ਼ਮ ਕਰਦੇ ਹਾਂ, ਉਦੋਂ ਸਾਨੂੰ ਸਿਖਾਇਆ ਜਾਂਦਾ ਕਿ ਤੁਸੀਂ ਸਮਾਜ ਵਿੱਚ ਬਦਲਾਅ ਲਿਆਓਗੇ, ਤੁਸੀਂ ਐਜੂਕੇਟ ਕਰੋਗੇ, ਤੁਸੀਂ ਐਂਟਰਟੇਨ ਕਰੋਗੇ, ਤੁਸੀਂ ਇਨਫੋਰਮ ਕਰੋਗੇ, ਤਿੰਨ ਚਾਰ ਚੀਜ਼ਾਂ ਦੀ ਜ਼ਿੰਮੇਵਾਰੀ ਸਾਨੂੰ ਦਿੱਤੀ ਜਾਂਦੀ ਹੈ। ਜਦੋਂ ਇੱਕ ਨੌਜਵਾਨ ਪੱਤਰਕਾਰ ਪੜ੍ਹ ਕੇ ਅਖਬਾਰ 'ਚ ਆਉਂਦਾ, ਉਹ ਲਿਖਦਾ ਕਿ ਸਮਾਜ ਦੇ ਵਿੱਚ ਤਾਂ ਬੁਰਾਈਆਂ, ਜਦੋਂ ਲਿਖਣ ਲੱਗਦਾ ਤਾਂ ਪਤਾ ਲੱਗਦਾ ਕਿ ਸੰਪਾਦਕ ਦੀ ਤਾਂ ਦੋਸਤੀ ਹੈ ਜੀ ਇਸ ਬੰਦੇ ਦੇ ਬਾਰੇ ਉਹ ਲਿਖ ਰਿਹਾ, ਉੱਥੇ ਆ ਕੇ ਸਿਆਪਾ ਪੈ ਜਾਂਦਾ, ਉਹਦੀ ਖਬਰ ਰੋਕ ਦਿੱਤੀ ਜਾਂਦੀ। ਹੌਲੀ 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 ਉਸ ਢਰੇ ਦੇ ਵਿੱਚ ਉਸ ਢਾਂਚੇ ਦੇ ਵਿੱਚ ਉਹ ਢਲਣਾ ਸ਼ੁਰੂ ਹੋ ਜਾਂਦਾ, ਉਹਦੀ ਤਾਂ ਜਿਹੜੀ ਧਾਰ ਸੀ ਉਹ ਕੁੰਦ ਹੁੰਦੀ ਹੈ, ਧਾਰ ਉਹਦੀ ਮਰਦੀ ਚ ਤੁਰੀ ਜਾਂਦੀ ਹੈ। ਪਹਿਲਾ ਫਰਕ। ਜਿਹੜਾ ਦੂਜਾ ਪੱਖ ਆ ਕਿ ਅਖਬਾਰਾਂ ਨੇ ਦੇਸ਼ ਦੀ ਆਜ਼ਾਦੀ ਨੂੰ ਲਿਆਉਣ ਵਿੱਚ ਵੱਡਾ ਯੋਗਦਾਨ ਦਿੱਤਾ। ਜਦੋਂ ਅਖਬਾਰਾਂ ਆਈਆਂ ਸੀ ਪਹਿਲਾਂ ਉਹ ਮਿਸ਼ਨ ਵਾਸਤੇ ਆਈਆਂ ਸੀ, ਅੱਜ ਅਖਬਾਰਾਂ ਕਮਿਸ਼ਨ ਵਾਸਤੇ ਖੜੀਆਂ ਨੇ। ਅੱਜ ਅਖਬਾਰਾਂ ਨੂੰ ਇਸ਼ਤਿਹਾਰ ਚਾਹੀਦਾ, ਅੱਜ ਅਖਬਾਰਾਂ ਪ੍ਰੋਡਕਟ ਬਣ ਗਈਆਂ ਨੇ। ਅੱਗੇ ਅਖਬਾਰਾਂ ਸੋਚ ਹੁੰਦੀਆਂ ਸੀ, ਕਿਸੇ ਇੱਕ ਸੋਚ ਨੂੰ ਪਣਾਈ ਹੋਈ ਸੋਚ ਸੀਗੀ, ਚਾਹੇ ਉਹ ਆਰੀਆ ਸਮਾਜੀਆਂ ਦੀ ਸੀ, ਚਾਹੇ ਉਹ ਸਿੱਖ ਫਲਸਫਾ ਸੀ, ਅਕਾਲੀ ਪੱਤਰਕਾਰ ਦੀ ਗੱਲ ਕੀਤੀ ਜਾਵੇ, ਇਸੇ ਤਰ੍ਹਾਂ ਵੀਰ ਪ੍ਰਤਾਪ ਸੀ ਉਹ ਹਿੰਦੂ ਸੁਸਾਇਟੀ ਨੂੰ ਵੈਦਿਕ ਸੁਸਾਇਟੀ ਨੂੰ ਅੱਗੇ ਪ੍ਰਚਾਰ ਲਿਆਉਂਦੀ ਰਹੀ, ਇਸੇ ਤਰ੍ਹਾਂ ਮਹਾਤਮਾ ਗਾਂਧੀ ਨੇ ਅਖਬਾਰ ਕੱਢੀ, ਮਦਨ ਮੋਹਨ ਮਾਲਵੀਆ ਨੇ ਅਖਬਾਰ ਕੱਢੀ, ਲਾਲਾ ਲਾਜਪਤ ਰਾਏ ਨੇ ਅਖਬਾਰ ਕੱਢੀ, ਇੱਕ ਖਾਸ ਮਿਸ਼ਨ ਦੇ ਨਾਲ ਸਮਰਪਿਤ ਸੀ। ਉਸ ਤੋਂ ਬਾਅਦ ਹੌਲੀ ਹੌਲੀ ਮਿਸ਼ਨ ਕਮਿਸ਼ਨ ਬਣਿਆ, ਔਰ ਐਡੀਟਰ ਜਿਹੜੇ ਸੀ ਉਹ ਬਹੁਤ ਵਿਦਵਾਨ ਐਡੀਟਰ ਹੁੰਦੇ ਸੀ। ਹੌਲੀ ਹੌਲੀ ਚੇਂਜ ਹੁੰਦੀ ਹੁੰਦੀ, ਜਿੱਦਾਂ ਜਿਵੇਂ ਮੰਡੀ ਕਲਚਰ ਵਧਿਆ, ਲੈਣ ਦੇਣ ਖਰੀਦ ਫਰੋਖਤ ਲਾਭ ਹਾਨੀ ਦਾ ਕਲਚਰ ਇੰਟਰੋਡਿਊਸ ਹੋਇਆ, ਉਦੋਂ ਸੰਪਾਦਕ ਬਦਲਣੇ ਸ਼ੁਰੂ ਹੋ ਗਏ, ਉਦੋਂ ਸੰਪਾਦਕ ਮੈਨੇਜਰ ਬਣਨ ਲੱਗ ਪਏ। ਹੁਣ ਅਖਬਾਰ ਦਾ ਸੰਪਾਦਕ ਵਿਦਵਾਨ ਨਹੀਂ ਆ, ਵਧੀਆ ਮੈਨੇਜਰ ਆ, ਉਹ MBA ਕੀਤੀ ਆ ਉਹਨੇ, ਉਹ ਮੈਨੇਜਰ ਬਹੁਤ ਵਧੀਆ, ਪੈਸਾ ਕਿੱਥੋਂ ਆ ਸਕਦਾ, ਕਿੱਧਰ ਨੂੰ ਜਾਣਾ, ਕਿੱਦਾਂ ਦੀ ਅਖਬਾਰ ਦੀ ਦੇਖ ਹੋਵੇ। ਅੱਗੇ ਅਖਬਾਰ ਜਿਵੇਂ ਮੈਂ ਦੱਸਿਆ ਕਿ ਮਿਸ਼ਨ ਸੀ, ਹੁਣ ਅਖਬਾਰ ਇੱਕ ਪ੍ਰੋਡਕਟ ਆ, ਸਾਡੀ ਅਖਬਾਰ ਖਰੀਦੋ ਇੱਕ ਮਹੀਨੇ ਵਾਸਤੇ ਅਸੀਂ ਤੁਹਾਨੂੰ 1 ਰੁਪਿਆ ਰੇਟ ਲਾਵਾਂਗੇ,
ਸਾਡੀ ਅਖਬਾਰ ਖਰੀਦੋ ਇੱਕ ਸਾਲ ਵਾਸਤੇ, ਅਸੀਂ ਤੁਹਾਨੂੰ ਚਾਰ ਭਾਂਡੇ ਦੇਵਾਂਗੇ। ਜਦੋਂ ਅਖਬਾਰ ਇੱਦਾਂ ਵਿਕਣ ਲੱਗ ਪਈ ਉਦੋਂ ਇਹਨੇ ਆਪਣੀ ਕੁਆਲਿਟੀ ਗਵਾ ਲਈ। ਸੋ ਇਹ ਬੇਸਿਕ ਫਰਕ ਇਹ ਆਇਆ। ਦੈਟ ਮੀਨਸ ਕਿ ਜਦੋਂ ਇਹ ਪ੍ਰੋਡਕਟ ਬਣ ਗਿਆ ਤੇ ਉਹਦੀ ਜਿਹੜੀ ਹੈ ਬੋਲੀ ਲਾਉਣ ਵਾਲੇ ਵੀ ਬੰਦੇ ਬਾਜ਼ਾਰ 'ਚ ਹੈਗੇ ਨੇ ਤੇ ਉਹ ਅਲੱਗ ਅਲੱਗ ਪਾਰਟੀਆਂ ਦੇ ਤੌਰ ਤੇ ਜਿਹੜੇ ਗ੍ਰਾਹਕ ਹੈਗੇ ਨੇ ਉਹ ਬੋਲੀ ਲਾਉਂਦੇ ਆ ਫਿਰ ਇਹਨਾਂ ਅਖਬਾਰਾਂ। ਐਗਜੈਕਟਲੀ ਉਹ ਫਿਰ ਉਸ ਤਰ੍ਹਾਂ ਦੀਆਂ ਖਬਰਾਂ ਛਾਪਣੀਆਂ ਸ਼ੁਰੂ ਹੋ ਗਈਆਂ। ਕਿਸੇ ਖਾਸ ਵਰਗ ਦੇ ਖਿਲਾਫ ਖਬਰ ਹੀ ਨਹੀਂ ਲਿਖਣੀ। ਮੰਨ ਲਓ ਇੱਕ, ਮੈਨੂੰ ਯਾਦ ਹੈ ਕਿ ਇੱਕ ਟੈਕਸਲਾ ਟੀਵੀ ਇੰਡੀਆ 'ਚ ਹੁੰਦਾ ਸੀ, ਉਹਦੇ ਖਿਲਾਫ ਇੱਕ ਵਾਰੀ ਬਹੁਤ ਵੱਡੀ ਖਬਰ ਆਈ, ਰੁਕ ਗਈ ਖਬਰ, ਕਿਉਂਕਿ ਟੈਕਸਲਾ ਟੀਵੀ ਬਹੁਤ ਵੱਡਾ ਡੋਨਰ ਸੀ, ਅਖਬਾਰਾਂ ਦੇ ਵਾਸਤੇ ਪੈਸੇ ਦਿੰਦਾ ਸੀ, ਐਡਵਰਟਾਈਜ਼ਰ ਸੀ ਉਹਨਾਂ ਦੇ ਵਾਸਤੇ, ਤੇ ਉਹਦੇ ਖਿਲਾਫ ਖਬਰ ਹੀ ਨਹੀਂ ਲੱਗੀ ਲੱਗ ਸਕੀ। ਉਹ ਇਸੇ ਤਰ੍ਹਾਂ ਵੱਡੀਆਂ ਵੱਡੀਆਂ ਸੰਸਥਾਵਾਂ, ਵੱਡੇ ਵੱਡੇ ਅਦਾਰੇ ਜਿੱਥੇ ਕੋਈ ਗਲਤ ਕੰਮ ਹੁੰਦਾ ਰਿਹਾ ਉਹ ਖਬਰ ਛਪਣੀ ਨਹੀਂ ਸੀ ਦਿੰਦੇ। ਪਰ ਅੱਜ ਇਹ ਧਾਰਨਾ, ਕੁਛ ਮੇਰੇ ਪੱਤਰਕਾਰਾਂ, ਸੀਨੀਅਰ ਪੱਤਰਕਾਰ ਹੈਗੇ ਨੇ, ਉਹਨਾਂ ਨਾਲ ਗੱਲਬਾਤ ਹੁੰਦੀ, ਕਹਿੰਦੇ ਕਿ ਅੱਜ ਜਿਹੜੀ ਅਖਬਾਰ ਦੇ ਵਿੱਚ ਕੋਈ ਵੀ ਖਬਰ ਆਉਂਦੀ, ਮੰਨ ਲਓ ਕਿ ਕਿਸੇ ਪਾਰਟੀ ਦੇ ਕਿਸੇ ਸ਼ਖਸੀਅਤ ਦੇ ਵਰਕਰਾਪ ਕੋਈ ਖਬਰ ਹੈ, ਵੀ ਉਹਨੂੰ ਰੋਕਣਾ ਬਹੁਤਾ ਪੋਸੀਬਲ ਨਹੀਂ ਹੁੰਦਾ, ਕਿਉਂਕਿ ਤੁਸੀਂ ਨਹੀਂ ਲਗਾਓਗੇ ਹੋਰ ਅਖਬਾਰਾਂ ਹੈਗੀਆਂ ਉਹ ਲਗਾ ਦੇਣਗੇ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਹੈਗਾ, ਨਾ ਹੋਏਗਾ ਤਾਂ ਉਹਨੇ ਵਟਸਐਪ ਕਰਕੇ ਫੇਸਬੁੱਕ 'ਤੇ ਲਗਾ ਦੇਣਾ, ਵੀ ਬਹੁਤਾ ਕੋਈ ਉਹਦਾ ਖਬਰ ਰੋਕਣ ਵੱਲ ਜਿਹੜਾ ਹੈਗਾ ਬਹੁਤਾ ਕੋਈ ਮੈਂ ਸਰਦਾਰ ਕਿ ਨਹੀਂ ਰਹੇ ਪੱਤਰਕਾਰ ਜਾਂ ਅਖਬਾਰਾਂ। ਇਹ ਤੁਹਾਡੀ ਕਿਸੇ ਹੱਦ ਤੱਕ ਮੈਂ ਗੱਲ ਨਾਲ ਸਹਿਮਤ ਹਾਂ, ਲੇਕਿਨ ਬਹੁਤੀ ਸਮੱਸਿਆ ਇਹੀ ਆ ਕਿ ਜਿਹੜਾ ਤਾਂ ਅਮੀਰ ਵਿਅਕਤੀ ਹੈ ਉਹਦੇ ਖਿਲਾਫ਼ ਖਬਰ ਰੋਕਣ ਵਿੱਚ ਉਹ ਕਾਮਯਾਬ ਹੋ ਹੀ ਜਾਂਦਾ। ਜਿਹਦੇ ਅਖਬਾਰ 'ਚ ਖਬਰ ਲੱਗਦੀ ਹੈ ਨਾ ਉਹਦੀ ਇਸ ਕਰਕੇ ਲੱਗ ਜਾਂਦੀ ਹੈ ਕਿਉਂਕਿ ਉਹਦੇ ਨਾਲ ਉਹਦੇ ਸੰਬੰਧ ਨਹੀਂ ਹੁੰਦੇ। ਠੀਕ ਹੈ, ਉੱਥੇ ਫਿਰ ਉੱਥੇ ਵੀ ਸੌਦਾ ਹੋ ਜਾਂਦਾ, ਮੇਰੇ ਕੋਲ ਤੁਹਾਡੇ ਖਿਲਾਫ਼ ਖਬਰ ਹੈ ਜੀ, ਰੋਕਣ ਦਾ ਕਈ ਵਾਰੀ ਲਾਉਣ ਦਾ ਵੀ। ਬਿਲਕੁਲ, ਇਹ ਜਿਹੜੀ ਹੈ ਸਮੱਸਿਆ ਜਿਹੜੀ ਆਪਾਂ ਗੱਲ ਕਰਨੇ ਜਾਂ ਹਵਾ ਚੱਲਦੀ ਹੈ ਵੀ ਜਿਹੜਾ ਮੀਡੀਆ ਮਕਾਊ ਹੈ ਤੇ ਕਿਤੇ ਨਾ ਕਿਤੇ ਵਾਕਿਆ ਵਿਕਦਾ ਵੀ ਹੈ ਤੇ ਵਿਕਾਊ। ਬਿਲਕੁਲ ਜੀ, ਮੈਂ ਇਹਦੇ ਨਾਲ ਵਿਕਣ ਵਾਸਤੇ ਵੀ ਤਿਆਰ ਬੈਠੇ ਹੋਏ ਆ ਨਾ। ਬਿਲਕੁਲ, ਇਹ ਬਹੁਤ ਦੁਖਾਂਤ ਹੈ ਜੀ ਸਾਡਾ ਇਹ ਮੀਡੀਆ ਦਾ। ਤੁਹਾਨੂੰ ਐਜ ਏ ਪੱਤਰਕਾਰ ਕਦੀ ਇਸ ਤਰ੍ਹਾਂ ਦੀ ਸਮੱਸਿਆ ਆਈ ਹੈ ਕਿ ਤੁਸੀਂ ਕੋਈ ਖਬਰ ਲੈ ਕੇ ਆਏ ਹੋ ਤੇ ਤੁਸੀਂ ਬੜੇ ਐਕਸਾਈਟਡ ਹੋ ਵੀ ਅੱਜ ਜੀ ਮੈਂ ਬੜੀ ਖੋਜ ਕਰਕੇ ਕੋਈ ਖਬਰ ਲੈ ਕੇ ਆਇਆ ਤੇ ਸੰਪਾਦਕ ਨੇ ਅੱਗੋਂ ਮਨਾ ਕਰ ਦਿੱਤਾ ਹੋਵੇ ਯਾਰ? ਦੋ ਵਾਰ ਹੋਇਆ ਜੀ ਇੱਦਾਂ। ਇੱਕ ਵਾਰ ਤਾਂ ਬੜਾ ਘਾਤਕ ਸੀ ਇਹ, ਮੈਂ ਵਧੀਆ ਐਕਸਪੀਰੀਅੰਸ ਹੈ ਕਿ 22 ਮਾਰਚ 2006 ਦੀ ਗੱਲ, 22 ਮਾਰਚ 2006 ਨੂੰ ਸ਼ਹੀਦੇ ਆਜ਼ਮ ਦਾ ਸ਼ਹੀਦੀ ਦਿਨ ਅਗਲੇ ਦਿਨ 23 ਮਾਰਚ ਨੂੰ ਮੈਨੂੰ ਕਰਟਨ ਰੇਜ਼ਰ ਵਾਸਤੇ ਖਟਕੜ ਕਲਾਂ ਭੇਜਿਆ ਗਿਆ। ਮੈਂ ਚੰਡੀਗੜ੍ਹ ਸੀ ਉਸ ਵੇਲੇ। ਠੀਕ ਹੈ, ਚੰਡੀਗੜ੍ਹ ਤੋਂ ਖਟਕੜ ਕਲਾਂ ਮੈਂ ਆਇਆ ਅਤੇ ਉੱਥੇ ਆਪਣੇ ਭਗਤ ਸਿੰਘ ਜੀ ਦੇ ਬੁੱਤ ਨੂੰ ਉਹਦੀ ਛਾਤੀ ਨਾਲ ਪੌੜੀ ਲਾ ਕੇ ਤਾਰਾਂ ਦੇ ਬੁਰਸ਼ ਨਾਲ ਕੋਈ ਸਾਫ਼ ਕਰ ਰਿਹਾ ਸੀ। ਠੀਕ ਹੈ, ਕਿਉਂਕਿ ਸਵੇਰ ਨੂੰ ਫੰਕਸ਼ਨ ਸੀ ਅਤੇ ਮੈਂ ਉੱਥੇ ਗਿਆ ਹੋਇਆ ਸੀ। ਅਤੇ ਜਦੋਂ ਅਗਲੇ ਦਿਨ ਅਸੀਂ ਹਾਰ ਚੜਾਉਂਦੇ ਹਾਂ, ਜਦੋਂ ਉੱਥੇ ਪੂਰਾ ਸਮਾਗਮ 'ਚ ਜਾਂਦੇ ਹਾਂ ਤਾਂ ਜੁੱਤੀ ਲਾ ਕੇ ਜਾਂਦੇ ਹਾਂ ਉੱਥੇ, ਉਹ ਬੰਦਾ ਸਣੇ ਜੁੱਤੀ ਉੱਤੇ ਚੜਿਆ ਸੀ, ਇੱਕ ਜਣਾ ਪਿੱਛੇ ਖੜਾ, ਇੱਕ ਜਣਾ ਮੂਹਰੇ ਖੜਾ, ਬੂਟ ਪਾਏ ਹੋਏ ਉਹਨਾਂ ਦੇ ਉੱਤੇ ਚੜੇ ਹੋਏ ਉਹ। ਠੀਕ ਹੈ, ਮੈਂ ਉਹਨਾਂ ਨੂੰ ਇਹ ਕਿਹਾ, ਸਿਰਫ ਇੰਨੀ ਗੱਲ ਹੀ ਠੇਕੇਦਾਰ ਨੂੰ ਕਹੀ ਕਿ ਤੂੰ ਠੀਕ ਹੈ, ਤੂੰ ਸਾਫ਼ ਕਰਨਾ, ਮੈਨੂੰ ਕੋਈ ਇਤਰਾਜ਼ ਨਹੀਂ, ਤੂੰ ਤਾਰਾਂ ਦੇ ਬੁਰਸ਼ ਨਾ ਕਰੀ ਚੱਲ, ਉਹ ਫਰਕ। ਪਰ ਜਦੋਂ ਸਵੇਰ ਨੂੰ ਜੁੱਤੀ ਉਤਾਰਨੀ ਤਾਂ ਹੁਣ ਕਾਹਦੇ ਨੇ ਉਤਾਰੀ, ਹੁਣ ਵੀ ਜੁੱਤੀ ਉਤਾਰੀ ਜਾ ਸਕਦੀ। ਮਰਿਆਦਾ ਤੇ ਜਿਵੇਂ ਹੁਣ ਮਤਲਬ ਵੀ ਆਪਾਂ ਕਿਤੇ ਵੀ ਧਾਰਮਿਕ ਸਥਾਨ ਜੇ ਹੈਗਾ ਹੀ ਆ, ਜੇ ਹਰ ਟਾਈਮ ਤੇ ਮਰਿਆਦਾ ਸਾਫ਼ ਕਰਨਾ ਤੁਹਾਡਾ ਚੰਗੀ ਗੱਲ ਆ, ਲੇਕਿਨ ਤੂੰ ਜੁੱਤੀ ਤਾਂ ਉਤਾਰ ਹੀ ਸਕਦਾ, ਜੇ ਸਵੇਰ ਨੂੰ ਉਤਾਰਨੀ ਹੈ ਤਾਂ ਹੁਣ ਵੀ ਉਤਾਰੀ ਜਾ ਸਕਦੀ। ਉਹ ਮੇਰੇ ਨਾਲ ਲੜ ਪਿਆ ਇੰਨੀ ਗੱਲ 'ਚ। ਖੈਰ ਮੈਂ ਜੀ ਉਹਦੀ ਉਹ ਖਬਰ ਬਣਾਈ, ਮੈਂ ਤਾਂ ਉਹਦੀ ਤਾਰਾਂ ਦੇ ਬੁਰਸ਼ ਨਾਲ ਰਗੜਦਾ, ਬੁਰਸ਼ ਬੂਟ ਪਾਏ ਹੋਏ ਜੀ ਪਾਏ ਹੋਏ ਤਾਂ ਉਹ ਕਰਕੇ ਚਾੜ ਦਿੱਤੀ ਅਤੇ ਬਹੁਤ ਵਧੀਆ ਉਹਦੇ ਵਿੱਚ ਅੰਦਰ ਵੀ ਘਰ ਦੇ ਵਿੱਚ ਵੀ ਖਟਕੜ ਕੜਾਂ ਦੇ ਪਿੰਡ ਦੇ ਅੰਦਰ ਜਿਹੜਾ ਉਹਨਾਂ ਦਾ ਪਿੰਡ ਆ ਸ਼ਹੀਦ ਆਜ਼ਮ ਦਾ ਘਰ ਆ ਜਿਹੜਾ, ਉੱਥੇ ਵੀ ਬਹੁਤ ਕੁਛ ਹੋ ਰਿਹਾ ਸੀ, ਪੁੱਟ ਸਿੱਧਾ ਕੰਮ ਸੀਗਾ। ਤੋ ਮੈਂ ਸਾਰੀਆਂ ਫੋਟੋ ਖਿੱਚੀਆਂ ਅਤੇ ਉਸ ਵੇਲੇ ਸਾਡੇ ਜਿਹੜੇ ਸੀ ਲੋਕ ਸੰਪਰਕ ਮੰਤਰੀ ਅਤੇ ਉਹਨਾਂ ਦਾ ਸਾਰਾ ਅਮਲਾ ਫੈਲਾ ਉੱਥੇ ਜਾਇਜ਼ਾ ਲੈ ਰਿਹਾ ਸੀ, ਉਹਨਾਂ ਦੀਆਂ ਫੋਟੋਆਂ ਵੀ ਕੀਤੀਆਂ ਮੈਂ ਅਤੇ ਉਹਨਾਂ ਨੇ ਇੱਕ ਫੋਟੋ ਸੀ ਭਗਤ ਸਿੰਘ ਦੀ ਪਈ, ਉਹਦੇ ਮੂਹਰੇ ਤਸਵੀਰ ਦੇ ਮੂਹਰੇ ਆਪਣਾ ਚਾਹ ਦਾ ਜੂਠਾ ਕੱਪ ਰੱਖ ਦਿੱਤਾ। ਗੱਲ ਤਾਂ ਕੁਛ ਵੀ ਨਹੀਂ ਹੈਗੀ ਹੈ, ਜੇ ਦੇਖਿਆ ਜਾਵੇ ਤਾਂ ਕੁਝ ਵੀ ਨਹੀਂ ਹੈਗਾ, ਲੇਕਿਨ ਇਹ ਆ ਕਿ ਅਸੀਂ ਅੰਦਰੋਂ ਕਿੰਨੇ ਕੁ
ਕਿੰਨੇ ਕੁ ਅਸੀਂ ਸੈਂਸਿਟਿਵ ਹਾਂ ਉਸ ਫੋਟੋ ਦੇ ਪ੍ਰਤੀ। ਸਵੇਰ ਨੂੰ ਅਸੀਂ ਉੱਥੇ ਹਾਰ ਚੜ੍ਹਾਈ ਜਾਣੇ ਹਾਂ, ਸਿਰ ਤੋਂ ਝੁਕਾਈ ਜਾਣਾ, ਹੁਣ ਅਸੀਂ ਉਹਦੇ ਮੂਹਰੇ ਜੂਠਾ ਕੱਪ ਰੱਖਣ ਲੱਗੇ ਵੀ ਸੰਗ ਨਹੀਂ ਆਉਂਦੀ ਸਾਨੂੰ। ਸੋ ਗੱਲ ਫੋਟੋ ਕੁਛ ਨਹੀਂ ਹੈਗੀ, ਲੇਕਿਨ ਜਦੋਂ ਅਸੀਂ ਮੰਨਦੇ ਹਾਂ ਫਿਰ ਸਭ ਕੁਛ ਹੀ ਆ, ਸਿੰਬੋਲਿਕ ਤੇ ਹੈ ਹੀ ਹੈ ਨਾ। ਮੈਂ ਉਹ ਫੋਟੋ ਲਾਤੀ, ਅਗਲੇ ਦਿਨ ਉਹਨਾਂ ਨੇ ਮੇਰੀ ਖਬਰ ਉਹ ਨਹੀਂ ਲਾਈ, ਮੈਨੂੰ ਪਤਾ ਸੀ ਵੀ ਇਹ ਨਹੀਂ ਲੱਗਣੀ, ਪਰ ਜਦੋਂ ਨਹੀਂ ਲਾਈ ਅਤੇ ਦੁੱਖ ਤਾਂ ਮੈਨੂੰ ਬਹੁਤ ਹੋਇਆ। ਪਰ ਮੇਰਾ ਉਹ ਆਖਰੀ ਦਿਨ ਸੀ ਅਖਬਾਰ 'ਚ, ਮੈਂ ਉਸ ਦਿਨ ਰਿਜ਼ਾਈਨ ਕੀਤਾ ਸੀ ਅਖਬਾਰ 'ਚ, ਮੈਂ ਮੁੜ ਕੇ ਗਿਆ ਨਹੀਂ, ਮੈਂ ਕਿਹਾ ਤੁਹਾਡੇ ਕੰਮ ਨਹੀਂ ਕਰਨਾ। ਠੀਕ ਹੈ, ਸੋ ਮਤਲਬ ਇਹ ਜਿਹੜੀਆਂ ਜੇ ਤੁਸੀਂ ਇੱਦਾਂ ਦੀਆਂ ਚੁਣੌਤੀਆਂ ਹੁੰਦੀਆਂ ਜੇ ਪੱਤਰਕਾਰੀ ਕਰਦੇ ਹੋ ਤਾਂ ਤੁਹਾਨੂੰ ਮਤਲਬ ਤੁਹਾਡੀ ਮਿਹਨਤ ਦਾ ਕਈ ਵਾਰੀ ਜਿਹੜਾ ਹੈਗਾ ਕਿ ਉਹ ਤੋਂ ਇਨਕਾਰ ਵੀ ਕੀਤਾ ਜਾਂਦਾ ਵੀ ਨਹੀਂ ਯਾਰ ਇਹ ਜੇ ਨਹੀਂ ਲੱਗਣੀ, ਉਹਨਾਂ ਦਾ ਆਪਣਾ ਹੁੰਦਾ ਵੀ ਜਾਂ ਸਾਨੂੰ ਕੋਈ ਜਵਾਬ ਦੇਣਾ ਪਿਆ। ਇੱਕ ਦੂਸਰੀ, ਕਿਉਂਕਿ ਤੁਹਾਡੇ ਬਾਰੇ ਗੱਲ ਚੱਲ ਰਹੀ ਹੈ, ਤੁਹਾਡੀ ਪੱਤਰਕਾਰੀ ਬਾਰੇ ਗੱਲ ਚੱਲ ਰਹੀ ਹੈ, ਤੁਸੀਂ ਵਧੀਆ ਕੰਮ ਪੱਤਰਕਾਰੀ ਦਾ ਕੀਤਾ, ਉਹਦੇ ਵਾਸਤੇ ਸਨਮਾਨ ਵੀ ਕਦੀ ਮਿਲਿਆ? ਦੋ ਵਾਰੀ ਮਿਲਿਆ ਜੀ। ਇੱਕ ਵਾਰੀ ਤਾਂ ਇਹ ਮਿਲਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਦਰਿਆ ਦੇ ਕੰਢੇ 'ਤੇ ਰਹਿਣ ਵਾਲੇ ਲੋਕ ਨੇ, ਆਪਣੇ ਸਤਲੁਜ ਦਰਿਆ ਦੇ ਕੰਢੇ 'ਤੇ ਜਿਹੜੇ ਲੋਕ ਰਹਿੰਦੇ ਨੇ, ਉਹ ਸ਼ਰਾਬ ਬਣਾਉਣ ਦਾ ਅਤੇ ਸ਼ਰਾਬ ਵੇਚਣ ਦਾ ਧੰਦਾ ਕਰਦੇ। ਠੀਕ ਹੈ, ਜਾਲੀ ਸ਼ਰਾਬ ਜਿਹੜੀ ਨਕਲੀ ਸ਼ਰਾਬ ਏਰੀਆ ਜਿਹਾ ਹੁੰਦਾ ਉਹਦੇ ਵਿੱਚ। ਜੀ ਜੀ, ਸੋ ਉਹ ਉੱਥੇ ਕਿਉਂਕਿ ਦਰਿਆ ਹੁੰਦਾ, ਪਾਣੀ ਹੁੰਦਾ, ਲੁਕਣ ਦੀ ਥਾਂ ਹੁੰਦੀ ਆ, ਰਿਹਾਇਸ਼ ਹੁੰਦੀ ਨਹੀਂ, ਸੜਕ ਕੋਈ ਹੁੰਦੀ ਨਹੀਂ, ਆਉਣ ਜਾਣ ਦਾ ਸਾਧਨ ਨਹੀਂ ਹੁੰਦਾ, ਉੱਥੇ ਕੱਢ ਲੈਂਦੇ ਆ ਤਾਂ ਆਪਣਾ ਕੰਮ ਕਰਦੇ ਆ। ਮੈਂ ਉਹਦੀ ਇੱਕ ਵਾਰੀ ਸਟੋਰੀ ਕਰਨ ਗਿਆ ਅਤੇ ਉਹਨਾਂ ਨੇ ਸਾਨੂੰ ਬੜਾ ਕੁੱਟਿਆ, ਮੈਨੂੰ ਅਤੇ ਮੇਰੇ ਨਾਲ ਸੀ ਫੋਟੋਗ੍ਰਾਫਰ ਕਰਮਵੀਰ ਸੰਧੂ, ਸਾਨੂੰ ਦੋਨਾਂ ਨੂੰ ਬਹੁਤ ਕੁੱਟਿਆ ਉਹਨਾਂ ਨੇ। ਅਸੀਂ ਕੁੱਟ ਕੱਟ ਖਾ ਕੇ ਆ ਗਏ ਅਤੇ ਫਲੋਰ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਪਰਚਾ ਦਰਜ ਕਰਾਉਣ ਗਏ, ਉਹਨਾਂ ਨੇ ਸਾਡਾ ਪਰਚਾ ਹੀ ਨਹੀਂ ਦਰਜ ਕੀਤਾ, ਉਹ ਕਹਿੰਦੇ ਤੁਸੀਂ ਉੱਥੇ ਕੀ ਕਰਨ ਗਏ ਸੀ, ਸਾਨੂੰ ਦੱਸ ਕੇ ਜਾਣਾ ਸੀ ਤੁਸੀਂ। ਪਹਿਲਾਂ ਤਾਂ ਉਹ ਇਸ ਗੱਲ 'ਤੇ ਬੜਾ ਅੜਿੱਕਾ ਪੈਂਦਾ ਰਿਹਾ, ਫਿਰ ਅਸੀਂ ਜੀ ਉਹਦੀ ਸੀਰੀਜ਼ ਸ਼ੁਰੂ ਕੀਤੀ ਕਿ ਨਦੀਆ ਕੇ ਉਸ ਪਾਰ, ਸਟੋਰੀ ਦਾ ਜਿਹੜਾ ਟਾਈਟਲ ਸੀ, ਸੱਤ ਅੱਠ ਦਿਨ ਚੱਲੀ ਚੱਲੀ। ਮੈਂ ਪੜ੍ਹਦੇ ਕਿਉਂ ਕਰਮਵੀਰ ਸੰਧੂ ਮੇਰਾ ਕਲਾਸਮੇਟ, ਮੈਂ ਤੁਹਾਨੂੰ ਨਾਲ ਗੱਲ ਕੀਤੀ ਅਤੇ ਮੈਂ ਉਹ ਸਟੋਰੀ ਨੂੰ ਫੋਲੋ ਕੀਤਾ ਸੀ। ਜੀ ਜੀ, ਅਤੇ ਉਹ ਜਿਹੜੀ ਸੀਗੀ ਉਹਦੇ ਵਿੱਚ ਬਹੁਤ ਕੁਝ ਹੋਇਆ। ਫਿਰ ਉਸ ਤੋਂ ਬਾਅਦ ਉਸ ਵੇਲੇ ਪੰਜਾਬ ਗੌਰਮੈਂਟ ਨੇ ਉਸ ਖਬਰ ਦੇ ਉੱਤੇ ਕਾਰਵਾਈ ਕਰਦਿਆਂ ਹੋਇਆਂ, ਪਹਿਲੀ ਵਾਰ ਇੱਕ ਤਾਂ ਮੈਨੂੰ ਐਕਰੀਡੇਸ਼ਨ ਮਿਲੀ ਸੀ ਉਸ ਵੇਲੇ, ਪੰਜਾਬ ਸਰਕਾਰ ਦਾ ਮਾਨਤਾ ਪ੍ਰਾਪਤ ਪੱਤਰਕਾਰ ਬਣਾਇਆ ਸੀ ਇਹਨਾਂ ਨੇ, ਅਤੇ ਦੂਜਾ 2500 ਰੁਪਏ ਦਾ ਇਨਾਮ ਮਿਲਿਆ ਸੀ। ਠੀਕ ਹੈ, ਇਹੀ ਸਨਮਾਨ ਮਿਲਿਆ, ਕਿਉਂਕਿ ਪੱਤਰਕਾਰ ਇੱਕ ਇੱਕ ਜਨੂਨ ਹੁੰਦਾ, ਕਿਉਂਕਿ ਪੱਤਰਕਾਰ ਨੂੰ ਖਬਰ ਦਾ ਪਹਿਲਾਂ ਪਤਾ ਹੁੰਦਾ, ਅਖਬਾਰ ਦੇ ਵਿੱਚ ਬਾਅਦ 'ਚ ਛਪਦੀ ਹੈਗੀ ਹੈ, ਪੱਤਰਕਾਰ ਨੇ ਹੀ ਲਿਆ ਕੇ ਜਿਹੜੀ ਹੈ ਲੋਕਾਂ ਦੇ ਨਾਲ ਸਾਂਝ ਕਰਨੀ ਹੁੰਦੀ ਹੈ, ਅਤੇ ਇੱਕ ਜਨੂਨ ਵੀ ਹੁੰਦਾ ਕਿ ਨਹੀਂ ਯਾਰ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਅਤੇ ਤੁਸੀਂ ਇਹਨੂੰ ਜਿਹੜਾ ਪੂਰੀ ਜਿਹੜੀ ਹੈਗੀ ਆਪਣੀ ਤਨਦੇਹੀ ਨਾਲ ਜਿਹੜੇ ਨਿਭਾਉਣੀ ਹੈ। ਚੈਲੇਂਜਸ ਵੀ ਆਉਂਦੇ ਨੇ ਕੁੱਟਮਾਰ ਵਾਲੀ, ਜਿਵੇਂ ਤੁਸੀਂ ਗੱਲ ਕੀਤੀ, ਸੱਚੇ ਪੱਤਰਕਾਰਾਂ ਨੂੰ ਬੜੀ ਚਤਰੌਲ ਬਹੁਤ ਇਸ ਚੀਜ਼ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਫਿਰ ਦੈਨਿਕ ਜਾਗਰਣ ਤੋਂ ਬਾਅਦ ਤੁਸੀਂ ਛੱਡ ਦਿੱਤੀ, ਫਿਰ ਤੁਸੀਂ ਫਿਰ ਮੈਂ ਜੀ ਟਾਈਮਸ ਆਫ ਇੰਡੀਆ, ਜਦੋਂ ਮੈਂ 23 ਮਾਰਚ ਨੂੰ ਇਹ ਜਦੋਂ ਛੱਡਿਆ ਅਤੇ ਮੈਂ ਚੰਡੀਗੜ੍ਹ ਹੀ ਸੀ, ਅਤੇ ਅਗਲੇ ਦਿਨ ਹੀ ਮੈਂ ਉਹਨਾਂ ਦੇ ਟਾਈਮਸ ਆਫ ਇੰਡੀਆ ਦੇ ਆਫਿਸ ਚਲਾ ਗਿਆ 24 ਤਰੀਕ ਨੂੰ। ਠੀਕ ਹੈ, ਅਤੇ ਉਸ ਦਿਨ ਮੈਂ ਉੱਥੇ ਮੁਲਾਕਾਤ ਹੋਈ ਮੇਰੀ, ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਪਹਿਲਾਂ ਕਿੱਥੇ ਸੀ, ਮੈਂ ਕਿਹਾ ਜੀ ਮੈਂ ਦੈਨਿਕ ਜਾਗਰਣ ਸੀ, ਉਹ ਕਹਿੰਦੇ ਤੁਸੀਂ ਉਹ ਕਿਉਂ ਛੱਡੀ, ਮੈਂ ਕਿਹਾ ਛੱਡੀ ਨਹੀਂ ਜੀ, ਮੈਨੂੰ ਕੱਢਿਆ ਉਹਨਾਂ ਨੇ, ਅਤੇ ਉਹ ਕਹਿੰਦੇ ਜੀ ਤੁਸੀਂ ਕੱਢਿਆ ਤਾਂ ਫਿਰ ਤੁਸੀਂ ਇੱਥੇ ਆ ਗਿਆ। ਫਿਰ ਮੈਂ ਉਹਨਾਂ ਨੂੰ ਸਿਚੁਏਸ਼ਨ ਦੱਸੀ, ਉਹਨਾਂ ਨੇ ਫਿਰ ਮੈਨੂੰ ਹੋਰ ਵੀ ਕੁਛ ਪੁੱਛਿਆ, ਫਿਰ ਮੈਨੂੰ ਸਿੱਧੇ ਰੱਖ ਲਿਆ। ਸੋ ਮੈਂ 25 ਤਰੀਕ ਨੂੰ ਜੁਆਇਨ ਕਰ ਲਿਆ ਸੀ। ਠੀਕ ਹੈ, ਸੋ 2 ਦਿਨ ਬੇਰੁਜ਼ਗਾਰੀ ਕੱਟੀ। ਕੀ ਫਰਕ ਲੱਗਾ ਤੁਹਾਨੂੰ ਹਿੰਦੀ ਪੱਤਰਕਾਰੀ ਅਤੇ ਔਰ ਇੰਗਲਿਸ਼ ਪੱਤਰਕਾਰੀ ਦੇ ਵਿੱਚ? ਬਹੁਤ ਫਰਕ ਹੈ ਜੀ, ਸਾਡੀ ਜਿਹੜੀ ਹਿੰਦੀ ਦੀ ਪੱਤਰਕਾਰੀ ਸੀ ਜਾਂ ਅਸੀਂ ਇਹ ਕਹੀਏ ਕਿ ਪੰਜਾਬੀ ਦੀ ਪੱਤਰਕਾਰੀ ਸੀ, ਉਹਦੇ ਵਿੱਚ ਮਿਆਰ ਨੂੰ ਲੈ ਕੇ ਮੈਂ ਜ਼ਰੂਰ ਬਹੁਤ ਡਿਫਰੈਂਸ ਦੇਖਦਾ ਕਿ ਇਸ਼ੂ ਬੇਸਡ ਪੱਤਰਕਾਰੀ ਜੇ ਕਿਸੇ ਨੇ ਕੀਤੀ ਹੈ ਤਾਂ ਅੰਗਰੇਜ਼ੀ ਅਖਬਾਰਾਂ ਨੇ ਕੀਤੀ ਹੈ। ਹਿੰਦੀ ਅਖਬਾਰ ਉਸ ਤਰ੍ਹਾਂ ਨਾਲ ਲੋਕਾਂ ਦੀਆਂ ਮੰਗਾਂ ਨਹੀਂ ਚੱਕ ਸਕੇ, ਔਰ ਦੂਸਰੀ ਗੱਲ ਕਿ ਬਹੁਤ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਅੰਗਰੇਜ਼ੀ ਅਖਬਾਰਾਂ ਦੇ ਮਗਰ ਆ, ਜਿਹੜੇ ਹਿੰਦੀ ਅਤੇ ਪੰਜਾਬੀ ਦੀਆਂ ਅਖਬਾਰਾਂ ਨੇ ਉਹ ਛੋਟੇ ਛੋਟੇ ਬਿਜ਼ਨਸ ਤੋਂ ਚੱਲਦੀਆਂ ਨੇ, ਅਤੇ ਕਿਉਂਕਿ ਛੋਟੇ ਛੋਟੇ ਬਿਜ਼ਨਸ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ, ਇਸ ਕਰਕੇ ਉਹ ਹੇਠਲੇ ਪੱਧਰ ਤੋਂ ਉੱਠ ਕੇ ਤਾਂ ਚੱਲਦੇ ਨੇ, ਤਾਂ ਇਸ਼ੂ ਬੇਸਡ ਜਿਹੜੀ ਪੱਤਰਕਾਰੀ ਉਹਦੇ ਵਿੱਚ ਆ ਜਾਂਦੀ ਹੈ।
ਜਦੋਂ ਕਿ ਛੋਟੇ ਵਪਾਰੀ ਉਹਦੇ ਵਿੱਚ ਰੁਕਾਵਟ ਕਰ ਦਿੰਦੇ, ਹਿੰਦੀ ਪੰਜਾਬੀ ਉਹ ਤੋਂ ਵਾਂਝੀ ਰਹਿ ਜਾਂਦੀ। ਸੋ ਮਿਆਰ ਦਾ ਹੀ ਫਰਕ ਹੈ, ਮਿਆਰ ਦਾ ਹੀ ਫਰਕ ਹੈ ਕਿ ਜਾਂ ਇਹ ਵੀ ਹੈ ਕਿ ਜਿਹੜੇ ਪਾਠਕ ਨੇ ਉਹਨਾਂ ਦੀ ਜਿਹੜੀ ਮਾਨਸਿਕ ਸੱਤਾ ਹੈਗੀ ਹੈ ਇੰਗਲਿਸ਼ ਵਾਲਿਆਂ ਦੀ ਅਲੱਗ ਹੈ, ਦੈਟਸ ਟਰੂ, ਜਿਹੜੇ ਪੰਜਾਬੀ ਵਾਲਿਆਂ ਦੀ ਅਲੱਗ ਹੈ, ਬਿਲਕੁਲ ਉਹ ਪੜ੍ਹਿਆ ਲਿਖਿਆ ਤਬਕਾ ਜਿਹੜਾ ਆ ਉਹਨੂੰ ਮਾੜੀ ਚੀਜ਼ ਪਰੋਸ ਵੀ ਨਹੀਂ ਸਕਦੇ ਉਹ, ਇਹ ਵੀ ਇੱਕ ਕਾਰਨ ਆ। ਪਰ ਜੇ ਟਾਈਮਸ ਆਫ ਇੰਡੀਆ ਦਾ ਅਸੀਂ ਸਭ ਤੋਂ ਜੇ ਬੁਰਾ ਪੱਖ ਦੇਖਣਾ ਹੋਵੇ, ਹਾਲਾਂਕਿ ਹੁਣ ਉਹ ਬੁਰਾ ਰਿਹਾ ਨਹੀਂ ਉਹਨਾਂ ਦਿਨਾਂ 'ਚ, ਮੈਂ ਜਦੋਂ ਸੀ ਉਦੋਂ ਇਸ ਨੂੰ ਮੈਂ ਤਾਂ ਜ਼ਰੂਰ ਇਹਦੀ ਗੱਲ ਕਰਦਾ ਹੁੰਦਾ ਸੀ ਕਿ ਡੇਟਿੰਗ ਕਿਵੇਂ ਕਰਨ ਜਾਈਏ। ਹੁਣ ਇਸ ਵਿਸ਼ੇ 'ਤੇ ਟਾਈਮਸ ਆਫ ਇੰਡੀਆ ਅਖਬਾਰ ਇੱਕ ਆਰਟੀਕਲ ਛਾਪ ਰਿਹਾ ਆ ਵੀਕਲੀ, ਜਿਹੜਾ ਵੀਕਐਂਡ 'ਤੇ ਛਪਦਾ ਸੀ, ਡੇਟਿੰਗ ਕਿਵੇਂ ਕਰੀਏ, ਜੇ ਲੜਕੀ ਅਤੇ ਲੜਕਾ ਬੈਠੇ ਨੇ ਤਾਂ ਲੜਕੇ ਨੂੰ ਉਹਦੀ ਲੱਤ 'ਤੇ ਕਿਹੜੇ ਪਾਸੇ ਹੱਥ ਰੱਖਣਾ ਚਾਹੀਦਾ, ਸੱਜੇ ਪਾਸੇ ਕਿ ਖੱਬੇ ਪਾਸੇ। ਜਦੋਂ ਇਸ ਤਰ੍ਹਾਂ ਦੇ ਅਸੀਂ ਗੱਲਾਂ ਲੱਗ ਪਏ ਕਰਨ ਅਤੇ ਉਦੋਂ ਬਹੁਤ ਹੀ ਜ਼ਿਆਦਾ ਚਰਚਾ ਹੁੰਦੀ ਸੀ ਕਿ ਅਸੀਂ ਸਮਾਜ ਨੂੰ ਕੀ ਕਰ ਰਹੇ ਹਾਂ। ਉਹ ਕਹਿੰਦੇ ਜੀ ਮਾਡਰਨਾਈਜ਼ ਹੋ ਜਾਓ। ਹੁਣ ਮਾਡਰਨਾਈਜ਼ ਹੋਣਾ ਇਹ ਤਾਂ ਨਹੀਂ ਹੈ ਵੀ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਦੱਸਣੀਆਂ ਸ਼ੁਰੂ ਕਰ ਦਿਓ, ਤਾਂ ਮਾਡਰਨਾਈਜ਼ ਵਿੱਚ ਬਹੁਤ ਕੁਝ ਚੰਗਾ ਵੀ ਦੱਸਿਆ ਜਾ ਸਕਦਾ ਸੀ। ਉਸ ਮਰਹਲੇ 'ਤੇ ਉਸ ਪੜਾਅ 'ਤੇ ਆ ਕੇ ਮੈਨੂੰ ਲੱਗਦਾ ਕਿ ਅੰਗਰੇਜ਼ੀ ਮੀਡੀਆ ਥੋੜ੍ਹਾ ਜਿਹਾ ਥਿੜਕਿਆ, ਥੋੜ੍ਹਾ ਥਿੜਕਿਆ ਭੜਕੇ ਦੀ ਇਹ ਹੁੰਦਾ ਨਾ ਕਈ ਵਾਰੀ, ਤੁਸੀਂ ਇਹ ਨਹੀਂ ਸੋਚਦੇ ਹੈਗੇ ਕਿ ਜਿਹੜੀ ਤੁਸੀਂ ਚੀਜ਼ ਪਰੋਸ ਰਹੇ ਹੋ ਆਪਣੇ ਸਮਾਜ ਦੇ ਵਿੱਚ, ਇਹਦੇ ਸਾਈਡ ਇਫੈਕਟ ਕੀ ਹੋਣਗੇ, ਜਾਂ ਇਹਦੇ ਵਾਸਤੇ ਸਮਾਜ ਤਿਆਰ ਵੀ ਹੈ ਕਿ ਨਹੀਂ ਹੈ। ਬਿਲਕੁਲ, ਔਰ ਉਹਦਾ ਅਸਰ ਇਹ ਹੋਇਆ ਕਿ ਜਿਹੜੇ ਰੂਰਲ ਇਲਾਕਿਆਂ ਦੇ ਜਿਹੜੇ ਕਾਲਜਿਸ ਸਨ ਜਾਂ ਸਕੂਲ ਸਨ ਜਿੱਥੇ ਉਹ ਅਖਬਾਰ ਜਾਂਦੀ ਹੈ ਅੰਗਰੇਜ਼ੀ ਦੀ, ਔਰ ਜੇ ਕੋਈ ਇੱਕ ਅੱਧਾ ਵਿਦਿਆਰਥੀ ਵੀ ਉਹਨੂੰ ਪੜ੍ਹਨ ਲੱਗ ਪੈਂਦਾ, ਉਹ ਨਾਲ ਦੇ ਉਹਨੂੰ ਦੱਸਣਾ ਸ਼ੁਰੂ ਕਰਦਾ ਕਿ ਸ਼ਹਿਰਾਂ 'ਚ ਆਹ ਹੋ ਰਿਹਾ, ਚੰਡੀਗੜ੍ਹ 'ਚ ਆਹ ਹੋ ਰਿਹਾ, ਜਲੰਧਰ 'ਚ ਆਹ ਹੋ ਰਿਹਾ, ਤਾਂ ਫਿਰ ਨਕੋਦਰ 'ਚ ਕਿਉਂ ਨਾ ਹੋਵੇ ਜਾਂ ਫਲੋਰ 'ਚ ਕਿਉਂ ਨਾ ਹੋਵੇ। ਬਿਲਕੁਲ, ਉਹਦੇ ਨਾਲ ਥੋੜ੍ਹੀ ਜਿਹੀ ਗਿਰਾਵਟ ਜ਼ਰੂਰ ਆਈ ਹੈ, ਪਰ ਓਵਰਆਲ ਕਿਉਂਕਿ ਅੰਗਰੇਜ਼ੀ ਅਖਬਾਰ ਨੂੰ ਪੜ੍ਹਨ ਵਾਲਾ ਤਬਕਾ ਹੀ ਹੋ ਰਿਹਾ, ਮਤਲਬ ਇਹ ਫਰਕ ਹੈਗਾ ਪਾਠਕਾਂ ਦੀ ਮਹਿਸੂਸ ਜੀ। ਕੈਨੇਡਾ ਦਾ ਸਫ਼ਰ ਕਿਸ ਤਰ੍ਹਾਂ ਸੁਭਾਵ ਬਣਿਆ, ਕੈਨੇਡਾ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਪਾਏ? ਕੈਨੇਡਾ 'ਚ 2009 ਦੇ ਵਿੱਚ ਮੈਂ ਆਇਆ ਜੀ, ਔਰ ਬੜੀ ਦੇਰ ਤੋਂ ਪਹਿਲਾਂ 2002 ਦੇ ਵਿੱਚ ਅਪਲਾਈ ਕਰਿਆ ਹੋਇਆ ਸੀ ਸਕਿੱਲਡ ਕੈਟਾਗਰੀ 'ਚ ਵਿੱਚ, ਉਹਦੇ ਵਿੱਚ ਜਿਹਨੂੰ ਅਸੀਂ ਪੁਆਇੰਟ ਬੇਸਡ ਕਹਿੰਦੇ ਹਾਂ, ਤਾਂ ਨੰਬਰਾਂ 'ਤੇ ਅਸੀਂ ਆ ਗਏ ਜੀ ਇੱਥੇ, ਮੈਂ ਅਤੇ ਮੇਰੀ ਵਾਈਫ, ਮੇਰਾ ਬੇਟਾ, ਤਿੰਨੇ ਜਣੇ। ਅਤੇ ਆਉਂਦਿਆਂ ਨੂੰ ਫਿਰ ਤਲਖ ਸਚਾਈਆਂ ਦਾ ਸਾਹਮਣਾ ਹੋਇਆ ਵੀ ਅਸੀਂ ਤਾਂ ਮੰਨ ਕੇ ਆਏ ਸੀ ਵੀ ਉੱਥੇ ਹੁਣ ਜਾ ਕੇ ਯੂਨੀਵਰਸਿਟੀ 'ਚ ਪੜ੍ਹਾਵਾਂਗੇ, ਕਿਉਂਕਿ ਇੱਥੇ ਪੜ੍ਹਾਉਂਦੇ ਗਏ ਹਾਂ, ਅਤੇ ਮੇਰੀ ਵਾਈਫ ਵੀ ਟੀਚਰ ਸੀ ਉੱਥੇ, ਲੇਕਿਨ ਨਹੀਂ ਸੂਤ ਆਇਆ ਜੀ। ਫਿਰ ਇਹ ਇਤਫਾਕ ਸੀ ਕਿ ਰੇਡੀਓ 'ਤੇ ਨੌਕਰੀ ਮਿਲ ਗਈ ਜੀ। 2010 ਫਰਵਰੀ 2010 ਦੇ ਵਿੱਚ ਮੈਨੂੰ ਰੇਡੀਓ 'ਤੇ ਨੌਕਰੀ ਮਿਲ ਗਈ। ਠੀਕ ਹੈ, ਉਸ ਤੋਂ ਬਾਅਦ 9 'ਚ ਮੈਂ ਆਇਆ ਸੀ, ਇੱਕ ਸਾਲ ਦਾ ਪੀਰੀਅਡ ਮੇਰਾ ਜ਼ਰੂਰ, ਇੱਕ ਸਾਲ ਦਾ ਤਾਂ ਚਲੋ ਲੰਘ ਜਾਂਦਾ ਹੈਗਾ। ਅਤੇ ਇੱਥੇ ਜਿਹੜਾ ਤੁਸੀਂ ਬੜੇ ਖੁਸ਼ਕਿਸਮਤ ਹੈਗੇ ਕਿ ਤੂੰ ਆਉਂਦੇ ਹੀ ਤੁਹਾਨੂੰ ਜਿਹੜਾ ਤੁਹਾਡੇ ਫੀਲਡ ਦੀ ਜਿਹੜੀ ਹੈ ਜੋਬ ਜੀ ਜੀ, ਅਤੇ ਇਸ ਪੁਆਇੰਟ ਆਫ ਵਿਊ ਤੋਂ ਆਪਾਂ ਸੋਚੀਏ ਤਾਂ ਬੜਾ ਵਧੀਆ ਤੁਹਾਡਾ ਰਿਹਾ ਹੈਗਾ ਸਫ਼ਰ ਕੈਨੇਡਾ ਦਾ ਵੀ। ਅਤੇ ਇੱਥੇ ਪੱਤਰਕਾਰੀ ਦਾ ਕੁਛ ਫਰਕ ਲੱਗਿਆ ਤੁਹਾਨੂੰ ਪੰਜਾਬ ਦੀ ਪੱਤਰਕਾਰੀ? ਬਹੁਤ ਫਰਕ ਹੈ ਜੀ ਇੱਥੇ। ਉੱਥੇ ਤਾਂ ਅਸੀਂ ਮਰਡਰ ਹੁੰਦਾ ਸੀ ਤਾਂ ਅਸੀਂ ਤਾਂ ਅੰਦਰ ਜਾ ਵੜੀਦਾ ਸੀ, ਕੋਈ ਕਤਲ ਹੋਇਆ ਤਾਂ ਜਾ ਕੇ ਦੇਖੋ, ਤਾਂ ਪਹਿਲਾਂ ਪੁਲਿਸ ਮਗਰੋਂ ਆਉਂਦੀ ਸੀ, ਤਹਿਕੀਕਾਤ ਸਾਡੀ ਪਹਿਲਾਂ ਹੀ ਹੋਈ ਹੁੰਦੀ ਸੀ, ਅਸੀਂ ਚੀਜ਼ਾਂ ਚੱਕ ਚੱਕ ਕੇ ਵੀ ਦੇਖ ਲੈਂਦੇ ਸੀ। ਇੱਥੇ ਤਾਂ ਸਾਨੂੰ ਪਤਾ ਨਾ, ਦਾ ਐਕਸੀਡੈਂਟ ਵੀ ਹੋਇਆ ਹੋਵੇ ਤਾਂ ਉਹ ਦੱਸਦੇ ਨਹੀਂ। ਔਰ ਇੱਕ ਬਹੁਤ ਵਧੀਆ ਗੱਲ ਜਿਹੜੀ ਹੈ ਜੀ, ਇਹ ਸਤਵਿੰਦਰ ਜੀ ਮੈਂ ਕਹਿਣੀ ਚਾਹਾਂਗਾ ਕਿ ਸੁਈਸਾਈਡ ਦੀ ਖਬਰ ਨਹੀਂ ਆਉਂਦੀ ਸਾਡੇ, ਉੱਥੇ ਸਾਡੇ ਆਤਮ ਹੱਤਿਆ ਤਾਂ ਬੰਦਾ ਪੱਖੇ ਨਾਲ ਲਟਕੇ ਦੀ ਖਬਰ ਲਾ ਦਿੰਦੇ, ਉਹ ਵੀ ਦਿਖਾ ਦਿੰਦੇ ਹਾਂ। ਇਸ ਕਲਚਰ ਦਾ ਬਹੁਤ ਫਰਕ ਆ, ਬਹੁਤ ਸਾਰਾ ਜਰਨਲਿਜ਼ਮ ਸਾਡਾ ਜਿਹੜਾ ਇੱਥੇ ਦਾ ਜਰਨਲਿਜ਼ਮ ਆ ਉਹ ਬੇਸਡ ਔਨ ਫੈਕਟਸ ਆ ਅਤੇ ਬੇਸਡ ਔਨ ਇਨਫੋਰਮੇਸ਼ਨ ਆ। ਸਾਡੇ ਕੋਲ ਜਿਹੜਾ ਰਾਈਟ ਟੂ ਐਕਸੈਸ ਟੂ ਇਨਫੋਰਮੇਸ਼ਨ ਜਿਹੜਾ ਹੈਗਾ ਆ ਉਹ ਬਹੁਤ ਵਧੀਆ ਕਾਰਗਰ ਸਾਧਨ ਆ। ਉੱਥੇ ਸਾਡੇ ਕੋਲ ਸੋਰਸਿਸ ਜਿਹੜੇ ਨੇ ਉਹ ਅੰਦਰ ਆਫਿਸਰਸ ਆ, ਦਫ਼ਤਰ ਵਾਲੇ ਆ, ਬਾਬੂ ਆ, ਉਹ ਸਾਨੂੰ ਦੱਸੀ ਜਾਂਦੇ ਆ ਅੰਦਰ ਖਾਤੇ ਜਿਹੜੇ ਹੈਗੇ ਨੇ ਵੀ ਜੇ ਤੁਹਾਡੇ ਜਿਵੇਂ ਅਸੀਂ ਕਹਿ ਦਿੰਦੇ ਕਿ ਭਰੋਸੇਯੋਗ ਸੂਤਰ ਜਿਹੜੇ ਆ ਉਹ ਆ ਵੀ ਪੈਦਾ ਕਰਨੇ ਪੈਂਦੇ ਹੈਗੇ, ਸਿਸਟਮ ਕੋਈ ਨਹੀਂ ਹੈ ਇੱਥੇ, ਥੋੜ੍ਹਾ ਜਿਹਾ ਸਿਸਟਮ ਘੱਟ ਆ, ਹੈਗੇ ਆ ਸੋਰਸਿਸ, ਸੋਰਸਿਸ ਇੱਥੇ ਵੀ ਹੈਗੇ ਨੇ ਪਰ ਉਹ ਵੱਡੇ ਪੱਧਰ 'ਤੇ ਨਹੀਂ। ਦੂਜੀ ਗੱਲ ਵੀ ਸਾਡੇ ਕੋਲ ਟ੍ਰਾਂਸਪੇਰੈਂਸੀ ਬਹੁਤ ਹੈ, ਜੇ ਅਸੀਂ ਇਨਫੋਰਮੇਸ਼ਨ ਮੰਗਦੇ ਹਾਂ ਤਾਂ ਸਾਨੂੰ ਮਿਲ ਜਾਂਦੀ, ਉੱਥੇ ਮਿਲਦੀ ਨਹੀਂ ਸੀ।
ਠੀਕ ਹੈ ਰਿਸ਼ੀ, ਜਿਵੇਂ ਇੱਥੇ ਮੈਂ ਇੰਗਲਿਸ਼ ਮੀਡੀਆ ਨੂੰ ਵੀ ਫੋਲੋ ਕਰਦਾ, ਅਖਬਾਰਾਂ ਪੜ੍ਹਦੇ ਹੈਗੇ ਹਾਂ, ਅਤੇ ਜਿਵੇਂ ਹੁਣ ਪਿੱਛੇ ਕੈਲਗਰੀ ਦੇ ਵਿੱਚ ਹੜ੍ਹ ਆਏ ਸੀ ਅਤੇ ਉੱਥੇ ਦੀ ਰਿਪੋਰਟਿੰਗ ਦਾ ਜਿਹੜਾ ਮੈਂ ਪੰਜਾਬੀ ਔਰ ਇੰਗਲਿਸ਼ ਮੀਡੀਆ 'ਤੇ ਜਿਹੜਾ ਵੇਖਿਆ ਅਤੇ ਉਹ ਪੂਰੇ ਟੀ ਵੀ ਚੈਨਲਾਂ ਉੱਤੇ ਕਹਿ ਰਹੇ ਸੀ ਕਿ ਮਦਰ ਨੇਚਰ ਇਜ਼ ਐਂਗਰੀ ਵਿਦ, ਮਤਲਬ ਮਦਰ ਨੇਚਰ ਰਿਸਪੈਕਟਫੁਲ ਵਰਡ ਯੂਜ਼ ਕਰ ਰਹੇ ਸੀ ਇਹਦੀ ਉਹ ਤਰਾਸਦੀ ਨੂੰ ਵੀ, ਹੈ ਨਾ। ਇੱਥੇ ਸਾਡੇ ਪੰਜਾਬੀ ਦੇ ਵਿੱਚ ਜਿਹੜੇ ਮੈਗਜ਼ੀਨ ਜਾਂ ਅਖਬਾਰਾਂ ਛਪਦੇ ਨੇ ਉਹਨਾਂ ਦੀ ਹੈੱਡਲਾਈਨ ਸੀ ਉਸੇ ਖਬਰ ਨੂੰ ਲੈ ਕੇ ਕਿ ਹੜ੍ਹਾਂ ਨੇ ਮਚਾਈ ਤਬਾਹੀ, ਕੁਦਰਤਾਂ ਦਾ ਕਹਿਰ। ਇਹ ਬਹੁਤ ਵੱਡਾ, ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਇਹ ਮਤਲਬ ਕੈਨੇਡਾ ਅਮਰੀਕਾ ਵਰਗੇ ਆਪਾਂ ਸੋਹਣੇ ਮੁਲਕ, ਮੈਨੂੰ ਲੱਗਦਾ ਸੋਚ ਵੀ ਤਾਂ ਵੀ ਬਹੁਤ ਇਹ ਕਲਚਰ ਦਾ ਵੀ ਫਰਕ ਹੈ ਜੀ। ਦੇਖੋ ਸਾਡੇ ਜਦੋਂ ਕੋਈ ਕ੍ਰਾਈਮ ਕਰਦਾ ਅਸੀਂ ਤਾਂ ਉਹਨੂੰ ਉਸੇ ਵੇਲੇ ਨਿਖਿੱਧ ਦਿੰਦੇ ਹਾਂ, ਉਹਦਾ ਜਲੂਸ ਕੱਢ ਦਿੰਦੇ ਹਾਂ, ਉਹਨੂੰ ਇੱਕ ਤਾਂ ਸਿੰਗੂਲਰ ਫਾਰਮ 'ਚ ਲਿਖਿਆ ਜਾਂਦਾ, ਉਹ ਕਰਦਾ ਹੈ, ਉਹ ਕਰਦੀ ਹੈ, ਉਹ ਜਾਂਦਾ ਹੈ, ਉਹ ਜਾਂਦੀ ਹੈ। ਇੱਥੇ ਜੇ ਕਿਸੇ ਨੇ ਕਤਲ ਵੀ ਕੀਤਾ ਤਾਂ ਉਹਨੂੰ ਮਿਸਟਰ ਪਹਿਲਾਂ ਲਾਉਂਦੇ ਆ, ਮਿਸਟਰ ਫਲਾਣੇ ਨੇ ਐਂ ਕੀਤਾ। ਤਾਂ ਜੇ ਉਹਨੂੰ ਪੰਜਾਬੀ 'ਚ ਤਰਜਮਾ ਕਰਨਾ ਹੋਵੇ ਤਾਂ ਅਸੀਂ ਉਹਨੂੰ ਬਹੁ ਵਚਨ ਦੇ ਵਿੱਚ ਸਨਮਾਨਜਨਕ ਢੰਗ ਨਾਲ ਸਾਨੂੰ ਬੁਲਾਉਣਾ ਪੈਂਦਾ, ਆਪ ਜੀ ਨੇ ਐਂ ਕੀਤਾ, ਆਪ ਜੀ ਨੇ ਫਿਰ ਛੁਰਾ ਮਾਰਿਆ, ਆਪ ਜੀ ਨੇ ਫਿਰ ਕਤਲ ਕਰ ਦਿੱਤਾ। ਇੱਥੇ ਥੋੜ੍ਹਾ ਜਿਹਾ ਬੋਲਣ ਦਾ ਵੀ ਢੰਗ ਦਾ ਫਰਕ ਹੈ, ਇਹ ਕਲਚਰ ਦਾ ਫਰਕ ਹੈ। ਕਲਚਰ ਦਾ ਫਰਕ ਨਹੀਂ, ਤੁਹਾਨੂੰ ਕੀ ਲੱਗਦਾ ਕਿ ਕਿਹੜੀ ਚੀਜ਼ ਵਧੀਆ ਹੈਗੀ ਵੀ ਸਾਨੂੰ, ਜੇ ਕਿਉਂਕਿ ਕਿਤੇ ਵੀ ਚੰਗੀ ਕੋਈ ਚੀਜ਼ ਮਿਲਦੀ ਹੈ ਤੁਹਾਨੂੰ ਅਡਾਪਟ ਤਾਂ ਕਰਨਾ ਹੀ ਚਾਹੀਦਾ। ਜੇ ਆਪਾਂ ਕੈਨੇਡਾ ਦੇ ਜਾ ਕੇ ਵੀ ਇਹੀ ਹੈੱਡਲਾਈਨ ਨਹੀਂ ਬਣਾਉਣੀ ਹੈਗੀ ਕਿ ਹੜ੍ਹਾਂ ਨੇ ਮਚਾਈ ਤਬਾਹੀ, ਅਤੇ ਥੋੜ੍ਹਾ ਜਿਹਾ ਸੋਚਣ, ਤੁਹਾਨੂੰ ਲੱਗਦਾ ਅਸੀਂ ਤਾਂ ਇੱਥੇ ਮੀਡੀਆ ਦੇ ਵਿੱਚ ਰਹਿੰਦੇ ਹੈਗੇ ਤਾਂ ਅਸੀਂ ਥੋੜ੍ਹਾ ਫੋਲੋ ਕਰ ਹੀ ਸਕਦੇ ਹਾਂ ਉਸ ਨੂੰ। ਕੁਝ ਗੱਲਾਂ ਹੈਗੀਆਂ ਜਿਹੜੀਆਂ ਇਹਨਾਂ ਦੀਆਂ ਫੋਲੋ ਕਰ ਲੈਣੀਆਂ ਚਾਹੀਦੀਆਂ, ਜਿਵੇਂ ਇਹੀ ਗੱਲ ਕਰ ਰਹੇ ਹਾਂ ਆਪਾਂ ਕਿ ਇੱਕ ਬੰਦੇ ਨੇ ਕਤਲ ਕੀਤਾ, ਉਹ ਫੜਿਆ ਗਿਆ, ਹੁਣ ਅਸੀਂ ਉਸੇ ਵੇਲੇ ਉਹਨੂੰ ਤਾਂ ਗਰਦਾਨ ਦਿੱਤਾ ਵੀ ਇਹ ਤਾਂ ਕਾਤਲ ਆ। ਮੀਡੀਆ ਉਦੋਂ ਤੱਕ, ਇੱਥੇ ਦਾ ਜਿਹੜਾ ਲੋਕਲ ਮੀਡੀਆ, ਉਹ ਕਦੇ ਵੀ ਉਹਨੂੰ ਉਦੋਂ ਤੱਕ ਕਾਤਲ ਨਹੀਂ ਮੰਨਦਾ ਜਦ ਤੱਕ ਅਦਾਲਤ ਉਹਨੂੰ ਸਜ਼ਾ ਨਹੀਂ ਦਿੰਦੀ। ਸੋ ਜਦ ਤੱਕ ਅਦਾਲਤ ਫੈਸਲਾ ਨਹੀਂ ਸੁਣਾਉਂਦੀ ਉਦੋਂ ਤੱਕ ਉਹ ਸਨਮਾਨਿਤ ਵਿਅਕਤੀ ਆ, ਉਹਦੇ ਪੂਰੇ ਮਨੁੱਖੀ ਅਧਿਕਾਰ ਆ, ਉਹਨਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ, ਅਤੇ ਸਾਨੂੰ ਵੀ ਇਹ ਕਰਨਾ ਚਾਹੀਦਾ, ਮੈਨੂੰ ਇਹ ਲੱਗਦਾ ਕਰਨਾ ਚਾਹੀਦਾ। ਜਿਵੇਂ ਤੁਸੀਂ ਇੱਥੇ ਪੰਜਾਬੀ ਮੀਡੀਆ ਦੇ ਨਾਲ ਜੁੜੇ ਹੋਏ, ਰੇਡੀਓ ਰੈਡ ਐਫ ਐਮ ਦੇ ਉੱਤੇ ਤੁਸੀਂ ਕਰਦੇ ਹੋ, ਪੋਲੀਟੀਕਲ ਜਿਹੜੇ ਐਨਾਲਿਸਿਸ ਵੀ ਕਰਦੇ ਹੋ, ਪੋਲੀਟੀਕਲ ਖਬਰਾਂ ਵੀ ਕਰਦੇ ਹੋ, ਜ਼ਿਆਦਾ ਕਰਕੇ ਆਪਣੀ ਕਮਿਊਨਿਟੀ ਨਾਲ ਰਿਲੇਟਡ ਵੀ ਕੁਛ ਖਬਰਾਂ ਹੁੰਦੀਆਂ ਉਹਨਾਂ ਨਾਲ ਵੀ ਕਰਦੇ, ਕੁਛ ਆਪਣੇ ਪੋਲੀਟੀਕਲ ਅਲੱਗ ਅਲੱਗ ਪਾਰਟੀਆਂ ਦੇ ਵਿੱਚ ਆਪਣੇ ਬੰਦੇ ਵੀ ਹੈਗੇ ਨੇ ਜੀ, ਤੁਹਾਨੂੰ ਕਦੀ ਦਿੱਕਤ ਆਉਂਦੀ ਹੈਗੀ ਕੋਈ ਖਬਰ ਆਈ ਹੋਵੇ ਕਿ ਬੀਪੀਸੀ ਪਾਰਟੀ ਦੀ ਜਾਂ ਲਿਬਰਲ ਪਾਰਟੀ ਜਾਂ ਕਿਸੇ ਹੋਰ ਪਾਰਟੀ ਦੀ, ਤੁਹਾਨੂੰ ਝਿਜਕ ਹੁੰਦੀ ਹੋਵੇ ਯਾਰ ਜੇ ਮੈਂ ਖਬਰ ਕਰ ਦਿੱਤੀ ਤਾਂ ਕਿਤੇ ਫਲਾਣਾ ਸਿੰਘ ਜਿਹੜੇ ਹੈਗੇ ਨੇ ਉਸ ਪਾਰਟੀ ਨੂੰ ਬਿਲੋਂਗ ਕਰਦੇ ਤੇ ਕਿ ਮੈਨੂੰ ਕੱਲ ਨੂੰ ਫੰਕਸ਼ਨ 'ਚ ਮਿਲਣਾ, ਉਹਨੇ ਕਹਿਣਾ ਯਾਰ ਤੁਸੀਂ ਸਾਡੀ ਪਾਰਟੀ 'ਤੇ ਤਵਾ ਲਾਇਆ ਸੀ, ਇਸ ਤਰ੍ਹਾਂ ਝਿਜਕ ਆਉਂਦੀ ਕੁਛ ਜੀ। ਸਤਵਿੰਦਰ ਜੀ ਸ਼ੁਰੂ 'ਚ ਹੋਈ ਸੀ, ਸ਼ੁਰੂ 'ਚ ਦਿੱਕਤ ਆਈ ਵੀ, ਮੈਨੂੰ ਤਾਂ ਨਹੀਂ ਕਿਹਾ, ਖੈਰ ਮੇਰੀ ਮੈਨੇਜਮੈਂਟ ਨੂੰ ਕਿਹਾ ਜਾਂਦਾ ਸੀ, ਪਰ ਹੌਲੀ ਹੌਲੀ ਸਾਰਿਆਂ ਨੂੰ ਮੈਨੂੰ ਲੱਗਦਾ ਕਿ ਹੁਣ ਪਤਾ ਲੱਗ ਗਿਆ ਵੀ ਨਹੀਂ ਇਹ ਗੱਲ ਬਣੀ। ਸੋ ਦੋਸਤੀ ਸਾਰਿਆਂ ਨਾਲ ਆ, ਰਿਸ਼ਤੇ ਸਾਰਿਆਂ ਨਾਲ ਆ, ਮੈਂ ਕਦੇ ਵੀ ਸੱਚੀ ਗੱਲ ਕਹਿਣ ਤੋਂ ਝਿਜਕਿਆ ਨਹੀਂ, ਪਰ ਮੈਂ ਕਦੇ ਕਿਸੇ ਦੀ ਪੱਗ ਲਾਉਣ ਨੂੰ ਕਿਸੇ ਦੀ ਬੇਇੱਜ਼ਤੀ ਕਰਨ ਵੱਲ ਨਹੀਂ ਗਿਆ। ਜੋ ਖਬਰ ਹੈਗੀ ਜੋ ਸੱਚਾਈ ਆ ਉਹ ਮੈਂ ਦੱਸਦਾ, ਨਿਡਰਤਾ ਨਾਲ ਤੁਸੀਂ ਪੇਸ਼ ਕਰਦੇ ਹੈਗੇ, ਮੇਰਾ ਇਹੀ ਰਿਹਾ ਸ਼ੁਰੂ, ਪਰ ਮੈਂ ਬੇਇੱਜ਼ਤੀ ਕਰਨ ਦੀ ਕਦੇ ਵੀ ਹੱਕ 'ਚ ਨਹੀਂ ਹੈ। ਪਰ ਜਿਵੇਂ ਐਵੇਂ ਕਿਸੇ ਦੀ ਇੱਕ ਨੂੰ ਆਪਣੀ ਪਰਸਨਲ ਤੁਸੀਂ ਜਿਹੜਾ ਏਜੰਡਾ ਬਣਾ ਕੇ ਕਦੀ ਕਿਸੇ ਨਹੀਂ ਜੀ ਨਹੀਂ, ਇਹ ਮੇਰੇ ਖਿਲਾਫ਼ ਹੀ ਕੋਈ ਖਬਰ ਹੈਗੀ ਆ। ਜੇ ਮੈਨੂੰ ਰੇਡੀਓ 'ਤੇ ਕਈ ਵਾਰੀ ਇੱਦਾਂ ਹੋਇਆ ਕਿ ਮੇਰੇ ਖਿਲਾਫ਼ ਮੇਰੇ ਰੇਡੀਓ 'ਤੇ ਇੱਕ ਈਮੇਲ ਭੇਜੀ ਕਿਸੇ ਨੇ, ਮੈਂ ਪੜ੍ਹ ਕੇ ਸੁਣਾਤੀ, ਮੇਰੇ ਖਿਲਾਫ਼ ਲਿਖਿਆ ਸੀ ਉਹਨੇ, ਮੈਂ ਪੜ੍ਹ ਕੇ ਸੁਣਾਤਾ। ਅਤੇ ਜੇ ਮੈਂ ਕਿਸੇ ਦੀ ਖਬਰ ਪੜ੍ਹ ਕੇ ਸੁਣਾ ਸਕਦਾ ਤਾਂ ਮੈਨੂੰ ਆਪਣੀ ਵੀ ਖਬਰ ਪੜ੍ਹ ਕੇ ਸੁਣਾਉਣੀ ਚਾਹੀਦੀ, ਮੈਂ ਸੁਣਾ ਦਿੰਦਾ। ਮੈਂ ਇੰਨਾ ਕੁ ਹਿੰਮਤ ਰੱਖਦਾ ਕਿ ਮੇਰੇ 'ਚ ਖਿਲਾਫ਼ ਵੀ ਖਬਰ ਹੋਊਗੀ ਤਾਂ ਮੈਂ ਕਹੂੰਗਾ ਇਸ ਨੂੰ। ਠੀਕ ਹੈ, ਇੰਡੀਆ ਤੋਂ ਤੁਹਾਨੂੰ ਇੱਥੇ ਆਇਆ ਨੂੰ ਕੋਈ ਬਹੁਤਾ ਲੰਬਾ ਸਮਾਂ ਨਹੀਂ ਹੋਇਆ, ਇੱਥੇ ਦੀ ਜਿਹੜੀ ਸੁਸਾਇਟੀ ਆਪਣੀ ਐਜ਼ ਆਪਾਂ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ, ਕਿਸ ਤਰ੍ਹਾਂ ਦੀ ਤੁਸੀਂ ਤਰੱਕੀ ਸਮਝਦੇ ਹੈਗੇ ਹੋ? ਕਿਉਂਕਿ ਮੀਡੀਆ ਵਾਲੇ ਆਪਾਂ ਹਰ ਇੱਕ ਚੀਜ਼ ਨੂੰ ਜਿਹੜਾ ਹੈਗਾ ਬੜੀ ਤਿਰਛੀ ਨਿਗਾਹ ਦੇ ਨਾਲ ਦੇਖਦੇ ਹੈਗੇ ਹਾਂ, ਵੱਜਦੇ ਵੀ ਹੈਗੇ ਹਾਂ, ਤੁਹਾਨੂੰ ਕੀ ਲੱਗਦਾ ਕਿ ਪੰਜਾਬੀ ਕਮਿਊਨਿਟੀ ਨੇ
ਫਸਟ ਪਾਸੇ ਨੂੰ ਕਿੰਨੀ ਕੁ ਤਰੱਕੀ ਕੀਤੀ ਹੈ? ਬਹੁਤ ਜ਼ਿਆਦਾ ਕੀਤੀ ਹੈ ਜੀ, ਮੈਂ ਮਾਣ ਹੈ ਇਸ ਗੱਲ ਦਾ ਕਿ ਅਸੀਂ ਠੀਕ ਹੈ, ਕਿਤੇ ਸਾਰੀਆਂ ਗੱਲਾਂ ਸਾਰੀਆਂ ਕਮੀਆਂ ਪੇਸ਼ੀਆਂ ਰਹਿੰਦੀਆਂ ਨੇ, ਪਰ ਇਸ ਗੱਲ ਨਾਲ ਮਾਣ ਹਾਸਲ ਹੁੰਦਾ ਹਮੇਸ਼ਾ ਹੀ ਕਿ ਪੰਜਾਬੀਆਂ ਨੇ ਸੱਚੀ ਮੁੱਚੀ ਕੁਆਲੀਟੇਟਿਵ ਤਰੱਕੀ ਹਾਸਲ ਕੀਤੀ ਹੈ। ਚਾਹੇ ਪਾਰਲੀਮੈਂਟ 'ਚ ਪਹੁੰਚਣ ਦੀ ਗੱਲ ਹੋਵੇ, ਚਾਹੇ ਵਿਧਾਨ ਸਭਾ 'ਚ ਪਹੁੰਚਣ ਦੀ ਗੱਲ ਹੋਵੇ, ਚਾਹੇ ਬਿਜ਼ਨਸ ਟਾਈਕੂਨਸ ਬਣਨ ਦੀ ਗੱਲ ਹੋਵੇ, ਚਾਹੇ ਸਮਾਜ ਦੇ ਵਿੱਚ ਅੱਗੇ ਵੱਧ ਕੇ ਸੇਵਾ ਕਰਨ ਦੀ ਭਾਵਨਾ ਹੋਵੇ। ਤੁਸੀਂ ਦੇਖੋ ਕਿ ਸਾਡੇ ਗੁਰਦੁਆਰਾ ਸਾਹਿਬ ਬਣੇ ਨੇ ਔਰ ਹਜ਼ਾਰਾਂ ਲੋਕਾਂ ਨੂੰ ਲੰਗਰ ਹਰ ਰੋਜ਼ ਛਕਾਇਆ ਜਾ ਰਿਹਾ। ਬਿਲਕੁਲ, ਇਹ ਇੱਕ ਚੰਗੀ ਪਰੰਪਰਾ, ਇਹਨੂੰ ਰੱਖਿਆ ਮੇਨਟੇਨ ਕੀਤਾ ਹੈ। ਦਾਨ ਕਰਨ ਦੀ ਗੱਲ ਆਵੇ, ਸਭ ਤੋਂ ਵੱਧ ਦਾਨ ਕਰਨ ਵਿੱਚ ਅਸੀਂ ਅੱਗੇ ਖੜੇ ਹਾਂ। ਬਿਜ਼ਨਸ ਕੀਤਾ ਬਹੁਤ, ਬਾਕੀ ਕਮੀਆਂ ਪੇਸ਼ੀਆਂ ਸਾਰੇ ਪਾਸੇ ਹੁੰਦੀਆਂ ਨੇ, ਕਾਲੀਆਂ ਭੇਡਾਂ ਸਾਰੇ ਪਾਸੇ ਹੁੰਦੀਆਂ ਨੇ। ਇਹ ਕਹਿ ਕੇ ਨਿੰਦੀ ਜਾਣਾ ਕਿ ਜੀ ਚਾਰ ਬੰਦੇ ਗਲਤ ਨੇ ਤਾਂ ਸਾਡਾ ਸਮਾਜ ਹੀ ਗਲਤ ਹੋ ਗਿਆ, ਮੈਨੂੰ ਲੱਗਦਾ ਕਿ ਠੀਕ ਨਹੀਂ। ਗਲਤੀਆਂ ਕਿਸੇ ਕੋਲ ਵੀ ਹੋ ਸਕਦੀਆਂ ਨੇ, ਸੋ ਉਹਨੂੰ ਐਕਸੈਪਟ ਕਰਨਾ ਚਾਹੀਦਾ, ਪਰ ਕੁੱਲ ਮਿਲਾ ਕੇ ਆਪਣੇ ਭਾਈਚਾਰੇ ਦੀ, ਆਪਣੇ ਲੋਕਾਂ ਦੀ ਤਰੱਕੀ ਦੇ ਉੱਤੇ ਮਾਣ ਮਹਿਸੂਸ ਹੁੰਦਾ। ਮਾਣ ਵਧੀਆ, ਮਤਲਬ ਪੋਜ਼ਿਟਿਵ ਪਾਸੇ ਨੂੰ ਜਾ ਰਹੇ। ਬਾਕੀ ਐਜ਼ ਏ ਮੀਡੀਆ ਪਰਸਨ ਵੀ ਸਾਰਿਆਂ ਦੀ ਜਿਹੜੀ ਹੈ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀਆਂ ਚੰਗੀਆਂ ਚੀਜ਼ਾਂ ਉਹਨਾਂ ਨੂੰ ਵੀ ਜਿਹੜੇ ਹਾਈਲਾਈਟ, ਆਪਣੀ ਸੋਸਾਇਟੀ ਦੀ ਜਿਹੜੀ ਚੰਗੀਆਂ ਚੀਜ਼ਾਂ ਉਹਨਾਂ ਨੂੰ ਜਿਹੜਾ ਹਾਈਲਾਈਟ ਕਰਨਾ ਚਾਹੀਦਾ ਜੀ, ਕੀਤਾ ਜਾਣਾ ਚਾਹੀਦਾ ਹੈਗਾ। ਰਿਸ਼ੀ ਜੀ, ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੋਗੇ ਦਰਸ਼ਕਾਂ ਨੂੰ ਆਪਣੇ? ਸਭ ਤੋਂ ਪਹਿਲਾਂ ਤਾਂ ਇੱਕੋ ਹੀ ਗੱਲ ਜੀ ਕਿ ਹੱਸਣਾ ਬਹੁਤ ਜ਼ਰੂਰੀ, ਮੁਸਕਰਾਉਂਦੇ ਰਹੋ ਔਰ ਕਦੇ ਵੀ ਮਨ ਦੇ ਵਿੱਚ ਕੜੱਤਨ ਸਾਨੂੰ ਨਹੀਂ ਰੱਖਣੀ ਚਾਹੀਦੀ, ਕੌੜ ਨਹੀਂ ਸਾਡੇ ਅੰਦਰ ਹੋਣਾ ਚਾਹੀਦਾ, ਸਤਿਕਾਰ ਕਰਨਾ ਚਾਹੀਦਾ ਸਾਰਿਆਂ ਨੂੰ ਔਰ ਆਪਣੇ ਆਪ ਨੂੰ ਕਿਸੇ ਦੇ ਉੱਤੇ ਥੋਪਣ ਦੀ, ਆਪਣੇ ਆਪ ਨੂੰ ਕਿਸੇ ਤੋਂ ਵਧੀਆ ਸਮਝਣ ਦੀ ਜ਼ਰੂਰਤ ਨਹੀਂ ਆ। ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਅਤੇ ਸਾਰਿਆਂ ਦੇ ਨਾਲ ਚੱਲਣ ਦੀ ਸਮਰੱਥਾ ਜੇ ਸਾਡੇ ਕੋਲ ਹੋਏਗੀ, ਅਸੀਂ ਪਿੱਛਾ ਮੁੜਨ ਦੀ ਲੋੜ ਨਹੀਂ ਹੈ। ਬਿਲਕੁਲ ਜੀ। ਅਤੇ ਰਿਸ਼ੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਹੋ, ਦਰਸ਼ਕਾਂ ਦੇ ਰੂਬਰੂ ਹੋਏ, ਬੜੀਆਂ ਬੇਬਾਕੀ ਨਾਲ ਤੁਸੀਂ ਆਪਣੀਆਂ ਗੱਲਾਂ, ਆਪਣੇ ਐਕਸਪੀਰੀਅੰਸ ਜਿਹੜੇ ਸਾਡੇ ਨਾਲ ਸ਼ੇਅਰ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਵਿੰਦਰ ਜੀ, ਬਹੁਤ ਮਿਹਰਬਾਨੀ ਔਰ ਮੈਨੂੰ ਤੁਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਇਆ, ਤੁਹਾਨੂੰ, ਤੁਹਾਡੀ ਟੀਮ ਨੂੰ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।